सत श्री अकाल। तुसी देख रहे हो लोकरण चैनल पंजाबी। मैं तुहाडे नाल सुखिंदर सिंह। खबरां टॉप दीआं दे विच मेरे नाल सीनियर पत्रकार परमिंदर सिंह रायपुर मौजूद रहे। वड्डियां खबरां उत्ते चर्चा करांगे। एक तां पंजाब दे सियासतदानां दी गल, ओह सियासतदान जिहड़े अपने आप नूं ईमानदार होण दी हामी भरदे ने, जिन्हां नूं असीं चुण के आपों अपनी हल्के दी अगवाई करन दे लई विधानसभा च भेजदे आ, ओह खजाने दे उत्ते किदां मल मारी बैठे ने, उहदी गल होवेगी कि टैक्स जिहड़े ने ओह इनकम टैक्स की गल है, वह खजाने विचों भरे जाते हैं। हालांकि कुछ एक विधायक है जिन्हों का नाम उपर है कि वह अपनी कमाई का जो टैक्स है, इनकम टैक्स, वह अपनी कमाई के विचों ही भरते हैं। पर नवजोत सिद्धू ला लो या प्रगट सिंह ला लो, बहुत ही अजिहे विधायक ने जिहड़े सरकारी खजाने में खोरा ला रहे। सबसिडी जिहड़ी छड्डण की गल की गई थी, कैप्टन साहब ने कहा सीगा कि अपनी इच्छा के मुताबिक छड्ड सकते हैं, उन्होंने भी जिहड़ी लिस्ट है एक बार फिर चर्चा के विच है, क्योंकि अगों इलैक्शन आ रहे हैं। इस दे नाल ही असी कौमांतरी खबरां की गल करांगे, जिवें भारत ते चीन दे विचाले सरहदी विवाद बनिया होया, उहदे बारहवें दौर की गलबात हुई है। उधर दे बंदे जदों असी असाम ते मिजोरम की गल करदे हां, ग्रह युद्ध एक तरीके नाल छिड़िया होया, मुख्यमंत्री दे उत्ते परचा कर दिता जांदा, इहो जिहियां खबरां वी। दूजे बन्ने भाजपा दे एक मंत्री ने, उह कह रहे ने कि मास जिहड़ा गऊ मास है उह खा लेना चाहीदा, बीफ जिहनूं कहिंदे ने खा लेना चाहीदा। ਇਹ ਬਿਆਨ ਕਿਉਂ ਇਸ ਤਰ੍ਹਾਂ ਦਾ ਸਾਹਮਣੇ ਆਇਆ, ਇਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਹੋਰ ਵੀ ਖਬਰਾਂ ਨਾਲੋ ਨਾਲ ਹੋਣਗੀਆਂ, ਟੋਕੀਓ ਓਲੰਪਿਕ ਦੀਆਂ, ਉੱਥੇ ਪੰਜਾਬੀਆਂ ਦੀ, ਪੰਜਾਬ ਦੇ ਖਿਡਾਰੀਆਂ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਹੈ, ਉਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਭਾਜਪਾ ਦਾ ਜਿਸ ਤਰੀਕੇ ਨਾਲ ਵਿਰੋਧ ਹੋ ਰਿਹਾ, ਦਾਦੂਵਾਲ ਸਾਹਿਬ ਨੂੰ ਵਿਜੇ ਸਾਂਪਲਾ ਮਿਲਣ ਗਏ ਤੇ ਉੱਥੇ ਜਿਹੜੇ ਵਿਰੋਧ ਕਰਨ ਵਾਲੇ ਕਿਸਾਨ ਸੀ, ਉਹਨਾਂ ਨੂੰ ਦਾਦੂਵਾਲ ਸਾਹਿਬ ਕੀ ਕਹਿ ਰਹੇ ਨੇ ਕਿ ਉਹ ਬਾਦਲਾਂ ਦੇ ਵੱਲੋਂ ਭੇਜੇ ਹੋਏ ਨੇ, ਉਹ ਲੋਕ ਜਿਹੜੇ ਨੇ ਉਹ ਕਿਸਾਨ ਨਹੀਂ, ਕਿਸਾਨਾਂ ਦੀ ਆੜ ਦੇ ਵਿੱਚ ਇਸ ਤਰੀਕੇ ਦੇ ਨਾਲ ਸਿਆਸਤ ਖੇਡੀ ਜਾ ਰਹੀ ਹੈ। ਪਰਮਿੰਦਰ ਜੀ ਸਵਾਗਤ ਹੈ ਤੁਹਾਡਾ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਸੁਖਿੰਦਰ ਜੀ। ਸਤਿ ਸ੍ਰੀ ਅਕਾਲ ਪਰਮਿੰਦਰ ਜੀ, ਕਿੱਦਾਂ ਦੇਖਦੇ ਹੋ? ਸਭ ਤੋਂ ਪਹਿਲਾਂ ਜਦੋਂ ਅਸੀਂ ਪੰਜਾਬ ਦੀ ਸਿਆਸਤ ਦੀ ਗੱਲ ਕਰਦੇ ਹਾਂ ਕਿ ਇਨਕਮ ਟੈਕਸ ਜਿਹੜਾ ਉਹ ਸਰਕਾਰੀ ਖਜ਼ਾਨੇ ਚੋਂ ਭਰਿਆ ਜਾ ਰਿਹਾ, ਜਿਹੜਾ ਖਜ਼ਾਨਾ ਅੱਗੇ ਕਰੀਬ 3 ਲੱਖ ਕਰੋੜ ਰੁਪਏ ਦਾ ਕਰਜ਼ਾ ਹੀ ਹੋਇਆ ਪੰਜਾਬ ਦਾ। ਹਾਂਜੀ ਬਿਲਕੁਲ ਜੀ, ਇਹਦੇ ਵਿੱਚ ਨਾ ਸੁਖਵਿੰਦਰ ਜੀ, ਕਾਫੀ ਜੇ ਆਪਾਂ ਵੈਸੇ ਵਿਸਥਾਰ ਦੇ ਨਾਲ ਦੇਖਿਆ ਜਾਵੇ ਇਸ ਮਾਮਲੇ ਨੂੰ, ਤਾਂ ਕਾਫੀ ਕੁਛ ਨਿਕਲਦਾ ਇਹਦੇ ਵਿੱਚ। ਵੀ ਜਿਹੜੇ ਰਾਜਨੀਤਿਕ ਲੋਕ ਨੇ, ਜਿਹੜੇ ਲੀਡਰ ਕਹਾਉਂਦੇ ਨੇ, ਚਾਹੇ ਕਿਸੇ ਪਾਰਟੀ ਦੇ ਨੇ, ਇੱਥੇ ਕਿਸੇ ਪਾਰਟੀ ਦਾ ਆਪਾਂ ਉਹ ਨਹੀਂ ਕਰ ਸਕਦੇ, ਮੁਲਾਂਕਣ ਨਹੀਂ ਕਰਨਾ ਕਿ ਕਿਹੜੀ ਪਾਰਟੀ ਦਾ ਕੌਣ ਬੰਦਾ ਕਿੱਦਾਂ ਹੈ। ਲੇਕਿਨ ਜਿਹੜੇ ਪਾਰਟੀਆਂ, ਜਿਹੜੀਆਂ ਵੀ ਪਾਰਟੀਆਂ ਪੰਜਾਬ 'ਚ ਸਰਗਰਮ ਨੇ, ਆਪਣੇ ਆਪ ਨੂੰ ਪੰਜਾਬ ਦੀਆਂ ਸੁਹਿਰਦ ਕਹਿ ਕੇ, ਪੰਜਾਬ ਦੇ ਹੱਕਾਂ ਦੇ ਰਾਖੇ ਕਹਿ ਕੇ ਗੱਲਾਂ ਕਰਦੀਆਂ ਨੇ, ਉਹਨਾਂ ਦੀ ਕਹਿਣੀ ਕਥਨੀ ਦਾ ਜਿਹੜਾ ਆਪਾਂ ਕਹਿ ਲਓ ਵੀ ਕਰਨੀ ਦਾ, ਕਹਿਣੀ ਕਥਨੀ ਕਰਨੀ ਜਿਹੜੀ ਕਹਿ ਲਓ ਵੀ ਆਪਾਂ ਇੱਕ, ਉਹਦਾ ਫਰਕ ਸਾਫ਼ ਨਜ਼ਰ ਆਉਂਦਾ ਹੈ ਵੀ ਕੌਣ ਕਿੰਨੇ ਪਾਣੀ 'ਚ ਹੈ ਅਤੇ ਗੱਲਾਂ ਕੀ ਕਰਦਾ। ਆਪਾਂ ਲਗਾਤਾਰ ਆਪਣੇ ਚੈਨਲ ਤੋਂ ਇਹ ਗੱਲਾਂ ਕਰਦੇ ਰਹੇ ਹਾਂ ਕਿ ਲੋਕਾਂ ਨੂੰ ਚਾਹੀਦਾ ਕਿ ਜਿਹੜੇ ਲੋਕ ਨੇ ਨਾ ਬਹਿਕਾ, ਇਹਨਾਂ ਦੇ ਬਹਿਕਾਵਿਆਂ ਵਿੱਚ ਨਾ ਆਉਣ, ਇਹਨਾਂ ਦੇ ਭੁਲਾਵਿਆਂ 'ਚ ਨਾ ਆਉਣ, ਇਹਨਾਂ ਦੀਆਂ ਗੱਲਾਂ 'ਚ ਨਾ ਆਉਣ, ਇਹਨਾਂ ਨੂੰ ਇਹ ਬੁੱਧੂ ਬਣਾਉਣਾ ਚਾਹੁੰਦੇ ਨੇ ਲੋਕਾਂ ਨੂੰ, ਅਤੇ ਲੋਕ ਜਿਹੜੇ ਹੈਗੇ ਭੋਲੇਪਣ ਦੇ ਵਿੱਚ ਇਹਨਾਂ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਵੋਟਾਂ ਜਿਹੜੀਆਂ ਹੈਗੀਆਂ ਉਹ ਇਹਨਾਂ ਨੂੰ ਪਾ ਦਿੰਦੇ ਨੇ, ਸੱਤਾ ਦੇ ਉੱਤੇ ਬਿਠਾ ਦਿੰਦੇ ਨੇ, ਇਹਨਾਂ ਨੂੰ ਕੁਰਸੀਆਂ ਤੇ ਬਿਠਾ ਦਿੰਦੇ ਨੇ, ਇਹਨਾਂ ਦੀਆਂ ਗੱਲਾਂ ਕੁਛ ਹੋਰ ਨੇ ਕਹਿਣੀਆਂ, ਬਿਆਨਬਾਜ਼ੀ ਹੋਰ ਆ, ਕੈਮਰਿਆਂ ਦੇ ਸਾਹਮਣੇ ਬੋਲਣਾ ਕੁਛ ਹੋਰ ਹੈ, ਟਵੀਟਾਂ ਰਾਹੀਂ ਬੋਲਣਾ ਕੁਛ ਹੋਰ ਹੈ, ਫੇਸਬੁੱਕ ਤੇ ਜ਼ਰੀਏ ਗੱਲਾਂ ਕੁਛ ਹੋਰ ਨੇ ਉਸ। ਲੇਕਿਨ ਜਦੋਂ ਇਹਨਾਂ ਦਾ ਆਪਦਾ ਪੜਚੋਲ ਕੀਤੀ ਜਾਂਦੀ ਹੈ, ਇਹਨਾਂ ਦੇ ਖਰਾਸੇ ਕਰੇ ਜਾਂਦੇ, ਜਦੋਂ ਇਹਨਾਂ ਦੇ ਪੋਤੜੇ ਫਰੋਲੇ ਜਾਂਦੇ ਨੇ, ਉਦੋਂ ਕੁਛ ਹੋਰ ਨਿਕਲਦੇ ਗੱਲਾਂ ਦੇ, ਪੰਜਾਬ ਦੀਆਂ ਕਰਦੇ ਨੇ, ਪੰਜਾਬ ਦੇ ਉੱਤੇ ਅਸੀਂ ਇੰਨਾ ਕਰਜ਼ਾ ਹੈ ਅਸੀਂ ਲਾਹ ਦਾਂਗੇ, ਸਾਡੀ ਸਰਕਾਰ ਬਣਾਓ, ਅਸੀਂ ਲੋਕਾਂ ਨੂੰ ਪਾਵਰ ਦੇ ਦਾਂਗੇ, ਅਸੀਂ ਆਹ ਕਰ ਦਾਂਗੇ, ਅਸੀਂ ਪੰਜਾਬ ਦੇ ਲੋਕਾਂ ਲਈ ਆਹ ਕਰ ਦਾਂਗੇ, ਅਸੀਂ ਪੰਜਾਬੀਆਂ ਲਈ ਆਹ ਕਰ ਦਾਂਗੇ, ਅਸੀਂ ਪਾਣੀਆਂ ਦੇ ਰਾਖੇ, ਅਸੀਂ ਖੇਤਾਂ ਦੇ ਰਾਖੇ, ਅਸੀਂ ਖੇਤੀਬਾੜੀ ਦੇ ਰਾਖੇ, ਅਸੀਂ ਮੁਲਾਜ਼ਮਾਂ ਨੂੰ, ਅਸੀਂ ਰੁਜ਼ਗਾਰ ਨੂੰ ਹੋਰ ਵਧਾਵਾਂਗੇ। ਜਦੋਂ ਸੱਤਾ 'ਚ ਬੈਠ ਜਾਂਦੇ ਨੇ, ਉਹ ਤੋਂ ਪਹਿਲਾਂ ਇਹ ਗੱਲਾਂ ਕਰਦੇ ਨੇ ਕਿ ਅਸੀਂ ਪਾਣੀਆਂ ਦੇ ਰਾਖੇ ਅਸੀਂ ਹਾਂ, ਖੇਤਾਂ ਦੇ ਖੇਤੀਬਾੜੀ ਦੇ ਰਾਖੇ ਅਸੀਂ ਹਾਂ, ਮੁਲਾਜ਼ਮਾਂ ਦੀ ਗੱਲ ਕਰਨ ਵਾਲੇ ਅਸੀਂ ਹਾਂ, ਰੁਜ਼ਗਾਰ ਪੈਦਾ ਕਰਨ ਵਾਲੇ ਅਸੀਂ ਹਾਂ, ਸਾਨੂੰ ਸਰਕਾਰ 'ਚ ਬਿਠਾਓ, ਅਸੀਂ ਪੰਜਾਬ ਦਾ ਆਹ ਕਰ ਦਾਂਗੇ, ਅਸੀਂ ਪੰਜਾਬ ਦੇ ਲੋਕਾਂ ਲਈ ਉਹ ਕਰ ਦਾਂਗੇ। ਅਤੇ ਜਦੋਂ 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 ਇਹਨਾਂ ਦੇ ਪੋਤੜੇ ਫਰੋਲੇ ਜਾਂਦੇ ਆ, ਜਦੋਂ ਇਹਨਾਂ ਪ੍ਰਤੀ ਖੁਲਾਸੇ ਕੀਤੇ ਜਾਂਦੇ, ਜਦੋਂ ਇਹਨਾਂ ਦੀਆਂ ਜਾਣਕਾਰੀਆਂ ਹਾਸਲ ਕਰਕੇ ਇਕੱਠੀਆਂ ਕਰਕੇ ਬਾਹਰ ਨਸ਼ਰ ਕੀਤੀਆਂ ਜਾਂਦੀਆਂ ਨੇ, ਉਦੋਂ ਗੱਲਾਂ ਕੁਛ ਹੋਰ ਹੀ ਨਿਕਲਦੀਆਂ ਨੇ। ਤਨਖਾਹਾਂ ਤਾਂ ਲੈਂਦੇ ਹੀ ਲੈਂਦੇ ਨੇ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ, ਉਹ ਤਨਖਾਹ ਦੇ ਉੱਪਰ ਲੱਗਣ ਵਾਲਾ ਜਿਹੜਾ ਇਨਕਮ ਟੈਕਸ ਹੈ ਉਹ ਵੀ ਭਰਵਾਉਂਦੇ ਨੇ, ਤੇ ਉਹਨਾਂ ਦੇ ਵਿੱਚ ਕੋਈ ਇੱਕ ਪਾਰਟੀ ਦਾ ਬੰਦਾ ਨਹੀਂ ਵੀ ਕਿ ਹਾਂ ਇਹ ਇੱਕ ਖਾਸ ਪਾਰਟੀ ਦੇ ਬੰਦੇ ਨੇ ਜਿਹੜੇ ਉਹੀ ਉੱਪਰ ਭਰਵਾ ਰਹੇ ਨੇ। ਇਹ ਬੜੇ ਬੜੇ ਦਮਗਜੇ ਮਾਰਨ ਵਾਲੇ ਲੋਕ, ਜਿੱਦਾਂ ਹੁਣ ਨਵਜੋਤ ਸਿੰਘ ਸਿੱਧੂ, ਜੇ ਇਹਨਾਂ ਨੂੰ ਪੁੱਛਿਆ ਜਾਵੇ ਕਿ ਭਾਈ
ਟਵੀਟੋ ਟਵੀਟੀ ਹੋ ਰਹੇ ਸੀਗੇ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਵਾਲੇ ਤੇ ਟੈਕਸ ਕੌਣ ਭਰੂਗਾ। ਪ੍ਰਗਟ ਸਿੰਘ ਬੋਲਦੇ ਸੀਗੇ ਇਹਨਾਂ ਨੂੰ ਪੁੱਛੇ ਕਿ ਭਾਈ ਪ੍ਰਗਟ ਸਿੰਘ ਜੀ ਆ ਟੈਕਸ ਕੌਣ ਭਰੂਗਾ, ਸੰਧ ਬਾਹਰੀ ਆਮ ਆਦਮੀ ਪਾਰਟੀ ਦੇ ਹੋ ਗਏ ਜਾਂ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਹੋਰੀ ਹੋ ਗਏ ਤੇ ਬਾਕੀ ਪਾਰਟੀਆਂ ਦੇ ਜਿਹੜੇ ਹੋ ਗਏ ਅਕਾਲੀ ਦਲ ਦੇ ਵੀ ਆ ਰਹੇ ਨੇ ਵਿੱਚ, ਕਾਂਗਰਸ ਦੇ ਵੀ ਆ ਰਹੇ ਨੇ। ਕੇਵਲ ਇਹ ਕਿਹਾ ਜਾ ਰਿਹਾ ਹੈ ਰਿਪੋਰਟ ਜਿਹੜੀ ਨੈਸ਼ਰ ਹੋਈ ਹੈ ਉਹਦੇ ਵਿੱਚ ਵੀ ਮੁੱਖ ਮੰਤਰੀ ਮੰਤਰੀ ਔਰ ਜਿਹੜੇ ਐਲ ਓ ਪੀ ਹੈ ਉਹੀ ਨਾਲ ਇੱਕ ਕੁਲਜੀਤ ਸਿੰਘ ਨਾਗਰਾ ਦਾ ਨਾਮ ਆ ਰਿਹਾ, ਨਾਲ ਬੈਂਸ ਭਰਾਵਾਂ ਦਾ ਆ ਰਿਹਾ ਕਿ ਉਹ ਬੰਦੇ ਨੇ ਜਿਹੜੇ ਆਪਣੀ ਜੇਬ ਦੇ ਵਿੱਚੋਂ ਆਪ ਟੈਕਸ ਭਰਦੇ ਨੇ। ਬਾਕੀ 93 ਜਿਹੜੇ ਹੈਗੇ ਨੇ ਵਿਧਾਇਕ ਉਹ ਸਾਰੇ ਟੈਕਸ ਲੋਕਾਂ ਦੇ ਜੇਬਾਂ ਦੇ ਵਿੱਚੋਂ ਭਰ ਰਹੇ ਨੇ। ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗਿਆ, ਕੌਣ ਜ਼ਿੰਮੇਵਾਰ ਆ? ਤੇ ਜੇ ਹੁਣ ਇਹਨਾਂ ਨੂੰ ਪੁੱਛ ਲਿਆ ਜਾਵੇ ਕਿ ਭਾਈ ਇਹ ਕੌਣ ਭਰੂਗਾ ਟੈਕਸ, ਜੇ ਤੁਸੀਂ ਤੁਹਾਡਾ ਨਾਮ ਨਸ਼ਰ ਹੋ ਗਿਆ, ਤੁਸੀਂ ਟੈਕਸ ਨਹੀਂ ਭਰਦੇ, ਤੁਸੀਂ ਗੱਲਾਂ ਤਾਂ ਡੇਡੀਆਂ ਕਰਦੇ ਹੋ, ਪੰਜਾਬ ਦੇ ਲੋਕਾਂ ਲਈ ਆਹ ਕਰ ਦਾਂਗੇ। ਨਵਜੋਤ ਸਿੰਘ ਸਿੱਧੂ ਵੀ ਬੋਲਦੇ ਸੀ ਪੰਜਾਬ ਦੇ ਲੋਕਾਂ ਦੇ ਸਿਰ ਤੇ ਕਰਜ਼ਾ, ਇਹ ਸਰਕਾਰ ਤੇ ਕਰਜ਼ ਨਹੀਂ, ਤੇ ਕਰਜ਼ ਕਿਹਨੇ ਚੜਾਇਆ? ਇਹ ਡੇਢ ਡੇਢ 200-200 ਬੋਡੀਗਾਰਡ ਨਾਲ ਲੈ ਕੇ ਘੁੰਮਦੇ ਹੋ, ਗੱਡੀਆਂ ਦਾ ਤੇਲ ਫੂਕਦੇ ਫਿਰ ਰਹੇ ਹੋ, ਕਦੇ ਕਿਤੇ ਜਾ ਕੇ ਕਦੇ ਕਿਤੇ ਜਾ ਕੇ ਗੱਡੀਆਂ 'ਚੋਂ, ਉਹ ਤੇਲ ਕਿੱਥੋਂ ਫੂਕ ਰਿਹਾ? ਉਹਨਾਂ ਦਾ ਖਰਚ ਕੌਣ ਦਿੰਦਾ? ਬੋਡੀਗਾਰਡਾਂ ਦਾ ਜਿਹੜੇ ਲਈ ਫਿਰਦੇ ਆ ਮੰਤਰੀ ਸਾਰੇ ਦੇਖ ਲਓ, MLA ਸਾਰੇ ਜਿੰਨੇ ਵੀ ਨੇ, ਤੇ ਉਹ ਖਰਚਾ ਕਿੱਥੋਂ ਆ ਰਿਹਾ? ਉਹ ਜੇ ਪੁੱਛੋਗੇ ਫਿਰ ਕੋਈ ਜਵਾਬ ਨਹੀਂ। ਤੇ ਹੁਣ ਜੇ ਪੁੱਛ ਲਿਆ ਜਾਵੇ ਵੀ ਟੈਕਸ ਤਾਂ ਤੁਸੀਂ ਭਰਦੇ ਨਹੀਂ, ਟੈਕਸ ਤਾਂ ਖਜ਼ਾਨੇ ਦੇ ਵਿੱਚੋਂ ਭਰਿਆ ਜਾ ਰਿਹਾ, ਸਰਕਾਰੀ ਖਜ਼ਾਨੇ 'ਚੋਂ ਭਰ ਰਹੇ ਆ, ਤੁਸੀਂ ਲੋਕਾਂ ਦੀਆਂ ਜੇਬਾਂ ਤਾਂ ਤੁਸੀਂ ਕੱਟ ਰਹੇ ਹੋ, ਲੋਕਾਂ ਦੇ ਗਾਲੇ ਤਾਂ ਤੁਸੀਂ ਘੁੱਟ ਰਹੇ ਹੋ, ਕਰਜ਼ਾ ਕੌਣ ਲਾਊਗਾ? ਤੇ ਫਿਰ ਕਹਿ ਫਿਰ ਦੇਖ ਲਿਓ ਕਹਿ ਉਹ ਭਰ ਦੇਣਗੇ, ਆਹ 2-4 ਮਹੀਨੇ ਰਹਿ ਕੇ ਭਰ ਦਈਏ ਵੀ ਆਪ ਸਾਡਾ ਜਿਹੜਾ ਹੈਗਾ ਅਸੀਂ ਫਿਰ ਪਾਕ ਸਾਫ ਹੋ ਗਏ, ਜਾਂ ਕਹਿਣਗੇ ਸਾਰੇ ਹੀ ਕਰਾਉਂਦੇ ਅਸੀਂ ਕਰ ਲਿਆ ਫਿਰ ਕੀ ਹੋ ਗਿਆ, ਇੱਦਾਂ ਦੇ ਜਵਾਬ ਆਉਣਗੇ। ਲੇਕਿਨ ਗੱਲ ਇਹ ਹੈ ਕਿ ਹੁਣ ਭਰ ਕੇ ਕੀ ਹੋਜੂ? 4.5 ਸਾਲ ਤੁਸੀਂ ਲੋਕਾਂ ਦਾ ਗਲਾ ਕੱਟ ਰਹੇ ਹੋ, ਉਦੋਂ ਨਹੀਂ ਸੀ ਤੁਹਾਨੂੰ ਸਮਝ ਆਉਂਦੀ, ਆ ਟਵੀਟਾਂ ਰਾਹੀਂ ਤੁਸੀਂ ਗੱਲਾਂ ਕਰਦੇ ਹੋ, ਔਰ ਹੁਣ ਜਿਹੜੇ ਅੰਨੇ ਬਣ ਕੇ ਭਗਤ ਪਿੱਛੇ ਫਿਰਦੇ ਸੀ ਦੇਣ ਜਵਾਬ, ਹੁਣ ਆ ਕੇ ਸਾਹਮਣੇ ਉਹ, ਇਹਨਾਂ ਨੂੰ ਇੰਨਾ ਵੀ ਨਹੀਂ ਪਤਾ ਵੀ ਸਾਡਾ ਟੈਕਸ ਹੈ, ਅਸੀਂ ਖਜ਼ਾਨੇ 'ਚੋਂ ਜਾ ਰਹੇ ਹਾਂ, ਸਾਡਾ ਫਰਜ਼ ਨਹੀਂ ਬਣਦਾ ਵੀ ਟੈਕਸ ਭਰ ਦਈਏ। ਆਮ ਲੋਕਾਂ ਤੋਂ ਟੈਕਸ ਚੋਰੀ ਕਰਵਾ ਕੇ ਦੇਖਣ, ਆਮ ਲੋਕ ਕੋਈ ਗਰੀਬ ਬੰਦਾ ਟੈਕਸ ਵੈਸੇ ਹੀ ਰੱਖ ਭਰਿਆ ਨਾ ਜਾਵੇ, ਉਹਦੇ 'ਤੇ ਰੇਡਾਂ ਤੱਕ ਪੈ ਜਾਂਦੀਆਂ ਨੇ, ਉਹ ਜੁਰਮਾਨੇ ਠੋਕੇ ਜਾਂਦੇ ਨੇ ਉਹਨਾਂ ਦੇ, ਠੀਕ ਆ। ਪੈਨਸ਼ਨਰਾਂ ਦੇ ਵਿਚਾਰੇ ਬਿਰਧ ਨੇ ਜਿਹਨਾਂ ਨੂੰ ਆਪਣੀ ਦਵਾਈਆਂ ਮੈਡੀਕਲ ਵਾਸਤੇ ਸਹਾਇਤਾ ਵਾਸਤੇ ਜਾਂ ਕਹਿ ਲਓ ਇਲਾਜ ਵਾਸਤੇ ਪੈਸਾ ਨਹੀਂ ਮਿਲਦਾ, ਉਹਨਾਂ 'ਤੇ ਟੈਕਸ ਕੱਟ ਰਿਹਾ। ਅਤੇ ਇਹ ਸਰਕਾਰ ਇਹ ਕਰੋੜਾਂ ਪਤੀ ਅਰਬਾਂ ਪਤੀ ਹੋ ਕੇ ਇਹ ਟੈਕਸ ਸਰਕਾਰੀ ਖਜ਼ਾਨੇ 'ਚੋਂ ਭਰ ਰਹੇ ਨੇ, ਮਤਲਬ ਕਹਿ ਲਓ ਕਿ ਮੈਂ ਤਾਂ ਐਂ ਕਹਿ ਲਓ ਕਿ ਸ਼ਰਮ ਆਉਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਵਿਧਾਇਕਾਂ ਨੂੰ ਜਿਹੜੇ ਐਂ ਖਜ਼ਾਨਾ ਲੁੱਟ ਰਹੇ ਨੇ ਪੰਜਾਬ ਦਾ, ਆਮ ਲੋਕਾਂ ਦੀ ਗੱਲ ਕਰਨ ਵਾਲੇ, ਆਮ ਲੋਕਾਂ ਪ੍ਰਤੀ ਬਿਆਨਬਾਜ਼ੀ ਕਰਨ ਵਾਲੇ, ਇਹਨਾਂ ਦੀ ਬਾਹਰ ਆ ਗਈ ਹੁਣ ਬਿੱਲੀ ਥੈਲਿਓਂ, ਹੁਣ ਜਵਾਬ ਦੇਣ ਸਾਹਮਣੇ ਆ ਕੇ ਭਾਈ ਕਿਆ ਟੈਕਸ ਕਿਉਂ ਨਹੀਂ ਭਰਿਆ? ਗਰੀਬ ਹੋ ਤੁਸੀਂ, ਕਿਸ ਚੀਜ਼ ਦੀ ਘਾਟ ਹੈ ਤੁਹਾਡੇ ਕੋਲ? ਆਹੀ ਲਾਣੇਦਾਰੀਆਂ ਚਾਹੀਦੀਆਂ ਨੇ ਇਹਨਾਂ ਨੂੰ, ਜਿਹੜੀਆਂ ਬੱਤੀਆਂ ਵਾਲੀਆਂ ਗੱਡੀਆਂ ਚਾਹੀਦੀਆਂ, ਅੱਗੇ ਪਿੱਛੇ ਚਮਚੇ ਚਾਹੀਦੇ ਨੇ, ਤੇ ਨਾਲ ਬੋਡੀਗਾਰਡ ਚਾਹੀਦੇ ਨੇ, ਉਹ ਚੀਜ਼ ਚਾਹੀਦੀ ਹੈ। ਬਾਕੀ ਪੰਜਾਬ ਦੇ ਭਲੇ ਦੀ ਗੱਲ ਤਾਂ ਛੱਡ ਦਿਓ ਸੁਖਵਿੰਦਰ ਜੀ, ਕਿਸੇ ਨੇ ਭਲਾ ਨਹੀਂ ਕਰਨਾ ਪੰਜਾਬ ਦਾ, ਅੱਜ ਵੀ ਕਹਿ ਰਹੇ ਹਾਂ ਅਸੀਂ ਆਉਣ ਵਾਲੇ ਸਮੇਂ 'ਚ। ਦੇਖ ਲਿਓ ਤੁਸੀਂ ਕੋਈ ਬੰਦਾ ਆ, ਕੋਈ ਪਾਰਟੀ ਆ, ਜਿਹੜੇ ਬੰਦੇ ਇੱਦਾਂ ਦੇ ਚੋਰ ਬਿਠਾਏ ਹੋਏ ਨੇ ਜਿਨ੍ਹਾਂ ਨੇ ਦੇਖਣਾ ਕਿਹੜਾ ਪੁੱਛਦਾ। ਲੇਕਿਨ ਆਹ ਹੁਣ ਜ਼ਮਾਨਾ ਬਦਲ ਗਿਆ, ਆ ਲੋਕ ਪਿੰਡਾਂ ਦੇ ਵਿੱਚ ਜਾ ਕੇ ਤੁਸੀਂ ਕਹਿ ਦਿੰਦੇ ਹੋ ਵਿਕਾਸ ਕਰਤਾ ਪੰਜਾਬ ਦੇ ਲੋਕਾਂ ਦਾ, ਵੀ ਗਲੀਆਂ ਬਣਾ ਦੀਆਂ, ਨਾਲੀਆਂ ਬਣਾ ਦੀਆਂ, ਆਹ ਕਰਤਾ ਉਹ ਕਰਤਾ, ਇਹ ਸਾਰਾ ਕੁਛ ਹੁਣ ਨਹੀਂ ਕਿਸੇ ਨੇ ਦੇਖਣਾ ਕਿ ਗਲੀਆਂ ਨਾਲੀਆਂ, ਹੁਣ ਵੈਸੇ ਹੀ ਗਲੀਆਂ ਨਾਲੀਆਂ ਦਾ ਬੁਰਾ ਹਾਲ ਹੈ, ਤੁਸੀਂ ਦੇਖੇ ਹੀ ਆ ਟੋਇਆਂ ਦੇ ਵਿੱਚ ਕਿਵੇਂ ਲੋਕ ਗੁਜ਼ਰ ਰਹੇ ਨੇ, ਵਿਚਾਰੇ ਐਕਸੀਡੈਂਟ ਹੋ ਰਹੇ ਨੇ। ਪਰ ਇਹ ਗੱਲਾਂ ਹੁਣ ਨਹੀਂ, ਹੁਣ ਤੁਹਾਨੂੰ ਪੁੱਛਿਆ ਜਾਊਗਾ, ਲੋਕਾਂ ਨੂੰ ਪੁੱਛਿਆ ਜਾਊਗਾ ਵੀ ਭਾਈ ਤੁਸੀਂ ਕੀਤਾ ਕੀ ਹੈ ਹਲਕੇ ਦੇ ਲਈ। ਮਦਨ ਲਾਲ ਜਲਾਲਪੁਰ ਦਾ ਨਾਮ ਵੀ ਹੈਗਾ, ਜਿਹੜੇ ਕੁਲਬੀਰ ਜੀਰਾ ਦਾ, ਕਾਫੀ ਜਣੇ ਦੇ ਨਾਮ ਨੇ ਵਿੱਚ ਜਿਹੜੇ ਗੱਲਾਂ ਕਰਦੇ ਨੇ ਪੰਜਾਬ ਦੀਆਂ, ਦਰਸ਼ਨ ਸਿੰਘ ਬਰਾੜ ਹੋਰੀ ਵਰਗੇ, ਇਹ ਸਾਰੇ ਬੰਦੇ ਨੇ ਜਿਹੜੇ ਇਹਨਾਂ ਦਾ ਨਾਮ ਵਿੱਚ ਹੈਗਾ। ਉਹ ਹੁਣ ਜਵਾਬ ਦੇਣ ਲਈ ਕੌਣ ਆਊਗਾ? ਜਿੱਦਾਂ ਆਮ ਆਦਮੀ ਤੋਂ ਜਿਵੇਂ ਵਸੂਲਿਆ ਜਾਂਦਾ ਟੈਕਸ, ਜੇ ਨਾ ਭਰੇ, 4.5 ਸਾਲ ਇਹਨਾਂ ਨੇ ਭਰਿਆ ਨਹੀਂ, ਸਰਕਾਰੀ ਖਜ਼ਾਨੇ 'ਚੋਂ ਭਰਿਆ, ਤਾਂ ਇਹਨਾਂ 'ਤੇ ਉਨਾ ਹੀ ਫਾਈਨ ਲਾ ਕੇ ਜਿੰਨਾ ਲੱਗਣਾ ਚਾਹੀਦਾ ਸੀ 4.5 ਸਾਲ ਦਾ, ਉਨਾ ਹੀ ਲੈ ਕੇ ਲਾ ਕੇ ਉਨੀ ਆਮਦਨ ਜਮ੍ਹਾਂ ਕਰਵਾਉਣੀ ਚਾਹੀਦੀ ਹੈ ਸਰਕਾਰੀ ਖਜ਼ਾਨੇ 'ਚੋਂ। ਔਰ ਉਹਨਾਂ 'ਤੇ ਇਹਨਾਂ ਦੇ ਬਕਾਇਦਾ ਤੌਰ 'ਤੇ ਅਧਿਕਾਰੀਆਂ 'ਤੇ ਵੀ ਮੈਂ ਕਹਿੰਦਾ ਕਾਰਵਾਈ ਹੋਣੀ ਚਾਹੀਦੀ ਹੈ। ਸਰਕਾਰ ਕਾਰਵਾਈ ਕਰੇ ਕਿ ਇਹਨਾਂ ਨੇ ਟੈਕਸ ਕਿਉਂ ਨਹੀਂ ਭਰਿਆ, ਇਹਨਾਂ ਤੋਂ ਮੰਗਿਆ ਕਿਉਂ ਨਹੀਂ? ਸਰਕਾਰ ਵੀ ਜ਼ਿੰਮੇਵਾਰ ਆ, ਟੈਕਸ ਸਰਕਾਰੀ ਖਜ਼ਾਨੇ 'ਚੋਂ ਕਿਵੇਂ ਜਾ ਰਿਹਾ? ਸਰਕਾਰ ਦੀ ਮਰਜ਼ੀ ਤੋਂ ਬਿਨਾਂ ਗੱਡੀਆਂ ਲੈ ਕੇ ਦੇ ਰਹੇ ਹੈ, ਪੈਟਰੋਲ ਇਹਨਾਂ ਦੇ ਖਰਚ ਰਹੇ ਹੈ, ਡੀਜ਼ਲ ਇੰਨਾ ਮਹਿੰਗਾ ਹੋ ਗਿਆ, ਇਹਨਾਂ ਨੂੰ ਕੋਈ ਫਰਕ ਨਹੀਂ ਆ, 2-2 ਸੌ 4-4 ਸੌ ਕਿਲੋਮੀਟਰ ਰੋਜ਼ ਗੱਡੀ ਚਲਾ ਦਿੰਦੇ, 5-5 ਸੌ ਕਿਲੋਮੀਟਰ ਕਿਹੜਾ ਘਰੋਂ ਫੁੱਕਦਾ ਤੇਲ?
ਆਹੋ ਹੁਣ ਜਿਵੇਂ ਨਵਜੋਤ ਸਿੱਧੂ ਦੀ ਤਾਂ ਗੱਲ ਕਰ ਰਹੇ ਹਾਂ ਕਿਉਂਕਿ ਉਹ ਜ਼ਿਆਦਾ ਲੋਕਾਂ ਦੀ ਹੁਣ ਲੋਕਾਂ ਦਾ ਇਕੱਠ ਕਰੀ ਫਿਰਦੇ ਕਿ ਮੈਂ ਹੀ ਪੰਜਾਬ ਦਾ ਭਲਾ ਕਰ ਦੂੰਗਾ। ਜਾਂ ਜਦੋਂ ਸਰਕਾਰ ਦੀ ਕਾਰਗੁਜ਼ਾਰੀ ਦੇਖੀ ਜਾਂਦੀ ਹੈ ਤਾਂ ਬਾਕੀਆਂ ਦੇ ਸਿਰ ਮੜ ਦਿੰਦੇ ਆ ਤੇ ਆਪ ਪਾਕ ਸਾਫ਼ ਹੋ ਕੇ ਨਿਕਲਣ ਦੀ ਕੋਸ਼ਿਸ਼ ਕਰਦੇ ਆ ਤੇ ਹੁਣ ਜਵਾਬ ਦੇਣ, ਕਦੇ ਬਿਜਲੀ ਦਾ ਬਿੱਲ ਭਰਤਾ ਕਿਸੇ ਦਾ, ਕਦੇ ਕੁਛ ਕਰਕੇ ਕਹਿ ਦਿੰਦੇ ਕਿ ਮੈਂ ਲੋਕਾਂ ਦਾ ਹਮਾਇਤੀ ਹਾਂ। ਆਪ ਲੋਕਾਂ ਦੇ ਹੁਣ ਪੈਸੇ ਖਾ ਰਹੇ ਆ, ਆਪ ਟੈਕਸ ਵੀ ਨਹੀਂ ਭਰਿਆ, ਆ ਲਿਸਟ ਦੇ ਵਿੱਚ ਨਾਮ ਹੈ ਪ੍ਰਗਟ ਸਿੰਘ ਦਾ ਵੀ ਨਾਮ ਆਇਆ ਹੋਇਆ, ਬਹੁਤ ਸਾਰੇ ਕੋਟਲੀ ਦਾ ਵੀ ਨਾਮ ਆਇਆ ਹੈ, ਗੁਰਕੀਰਤ ਕੋਟਲੀ ਦਾ, ਨਵਤੇਜ ਚੀਮੇ ਦਾ, ਕਿੰਨੇ ਕਾਂਗਰਸੀ ਨੇ ਜਿਹੜੇ ਸਾਰੇ ਸਰਕਾਰ ਤੋਂ ਭਰਵਾ ਰਹੇ ਨੇ ਟੈਕਸ ਆਰਾਮ ਨਾਲ, ਕੋਈ ਨਹੀਂ ਬੋਲਦਾ। ਪਤਾ ਕਿਹੜਾ, ਇਹਨਾਂ ਚੀਜ਼ਾਂ ਦਾ ਪਤਾ ਲੱਗਣਾ ਕਿਸੇ ਨੂੰ, ਪਰ ਹੁਣ ਸਮਾਂ ਬਦਲ ਗਿਆ, ਹੁਣ ਸਮਾਂ ਐਂ ਕਹਿ ਲਓ ਕਿ ਪੜ੍ਹੇ ਲਿਖੇ ਲੋਕ ਨੇ, ਜਵਾਬ ਮੰਗਣਗੇ ਜ਼ਰੂਰ। ਹੁਣ ਕਿਹੜਾ ਮੂੰਹ ਲੈ ਕੇ ਜਾਓਗੇ ਅਤੇ ਕਿਹੜਾ ਕਿਹੜਾ ਮੂੰਹ ਲੈ ਕੇ ਤੁਸੀਂ ਜਵਾਬ ਦਿਓਗੇ? ਹੁਣ ਹੁਣ ਟੈਕਸ ਭਰਨ ਲਈ ਵੀ 2-4 ਮਹੀਨੇ ਰਹਿ ਗਏ ਚੋਣਾਂ ਨੂੰ, ਆ 2-4 ਮਹੀਨੇ ਦਾ ਟੈਕਸ ਭਰ ਦਿਓ, ਪਾਕ ਸਾਫ਼ ਨਹੀਂ ਹੋ ਕੇ ਨਿਕਲ ਸਕਦੇ ਤੁਸੀਂ, ਲੋਕਾਂ ਨੂੰ ਜਵਾਬ ਦੇਣਾ ਪਊਗਾ। ਜੀ ਸੁਖਵਿੰਦਰ ਜੀ, ਬਿਲਕੁਲ ਬਿਲਕੁਲ, ਬਾਕੀ ਜਦੋਂ ਅਸੀਂ ਦੇਖਦੇ ਹਾਂ ਕਿ ਹੁਣ ਵਿਰੋਧੀ ਹੁਣ ਨਹੀਂ ਉੱਠਣਗੇ, ਹੁਣ ਨਹੀਂ ਆ ਕੇ ਧਰਨੇ ਲੱਗਣਗੇ, ਕਿਉਂਕਿ ਸਾਰੇ ਇਸ ਹਮਾਮ 'ਚ ਜਿਵੇਂ ਕਹਿੰਦੇ ਨੇ ਕਿ ਨੰਗੇ ਨੇ, ਜਿਹਨਾਂ ਜਿਹਨਾਂ ਨੇ ਟੈਕਸ ਜਿਹੜਾ ਸਰਕਾਰੀ ਖਜ਼ਾਨੇ ਨੂੰ ਖੋਰਾ ਲਾਇਆ ਆ, ਜਾਂ ਜਿਹੜੇ ਸਬਸਿਡੀ ਨਹੀਂ ਛੱਡਦੇ ਆਪਣੀਆਂ ਜ਼ਮੀਨਾਂ ਜਿਹੜੀਆਂ, ਕਈ ਕਈ ਏਕੜ ਜ਼ਮੀਨ ਹੈ ਤੇ ਫਿਰ ਵੀ ਮੁਫ਼ਤਖੋਰੀ ਜਿਹੜੀ ਹੈ ਉਹਨਾਂ ਨੂੰ ਰਾਸ ਆ ਰਹੀ ਹੈ, ਇਸੇ ਕਰਕੇ ਕਿਉਂਕਿ ਰਲ ਮਿਲ ਕੇ ਜਿਹੜਾ ਉਹ ਮਲਾਈਆਂ ਸਭ ਛੱਡਦੇ ਨੇ। ਇਹਦੇ ਵਿਚਾਲੇ ਪਰਮਿੰਦਰ ਦੀ ਇੱਕ ਹੋਰ ਗੱਲ ਆ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਘੱਗਰ ਦਰਿਆ ਦੀ ਮਾਰ ਹਰ ਵਾਰ ਪਾਣੀ ਕਰਕੇ ਨਜ਼ਦੀਕੀ ਲਾਗਲੇ ਜਿਹੜੇ ਪਿੰਡ ਨੇ ਉਹਨਾਂ ਨੂੰ ਜਾਂ ਖੇਤਾਂ ਨੂੰ ਜਾਂ ਫਸਲਾਂ ਨੂੰ ਨੁਕਸਾਨ ਹੁੰਦਾ, ਪਰ ਹਰ ਵਾਰ ਜਿਹੜਾ ਇੱਕ ਹਵਾਈ ਦੌਰਾ ਹੁੰਦਾ ਹੈ, ਮੁੱਖ ਮੰਤਰੀ ਸਾਹਿਬ ਭਾਵੇਂ ਕਿਸੇ ਵੀ ਸਰਕਾਰ ਕੋਈ ਵੀ ਬਦਲਦੀ ਰਵੇ, ਉਹ ਇੱਕ ਹਵਾਈ ਦੌਰਾ ਕਰਦੇ ਨੇ, ਇੱਕ ਫੋਟੋ ਖਿੱਚ ਲਈ ਜਾਂਦੀ ਹੈ, ਉਹ ਹਵਾਈ ਦੌਰੇ ਤੇ ਹੈਲੀਕਾਪਟਰ ਦਾ ਜਾਂ ਕਿੰਨਾ ਕੁ ਖਰਚ ਆਉਂਦਾ ਉਹਦੇ ਬਾਰੇ ਨਹੀਂ ਸੋਚਿਆ ਜਾਂਦਾ, ਸਿਰਫ ਇਹ ਆ ਕਿ ਉਹਦਾ ਹੱਲ ਕੋਈ ਨਹੀਂ ਕੱਢਣਾ, ਅਸੀਂ ਤਸਵੀਰ ਲਵਾ ਲੈਣੀ ਹੈ ਕਿ ਚਿੰਤਾ ਬਹੁਤ ਹੈ, ਸਰਕਾਰ ਬਹੁਤ ਫਿਕਰਮੰਦ ਹੈ ਕਿ ਉਹ ਜਿਹੜਾ ਉੱਥੇ ਪਾਣੀ ਨਾਲ ਫਸਲਾਂ ਡੁੱਬੀਆਂ। ਹਾਲਾਂਕਿ ਹੁਣ ਤੱਕ ਕੋਈ ਮੁਕੰਮਲ ਜਿਹੜਾ ਪੱਕਾ ਹੱਲ ਹੁੰਦਾ ਨਾ ਕਿ ਅਸੀਂ ਬੰਨ ਪੱਕੇ ਕਰਾ ਦਈਏ ਜਾਂ ਕਿਸੇ ਢੰਗ ਨਾਲ ਹੱਲ ਕੱਢ ਲਈਏ, ਵੀ ਹਰ ਵਾਰ ਫਸਲਾਂ ਦਾ ਨੁਕਸਾਨ ਹੁੰਦਾ, ਹਰ ਵਾਰ ਤੁਸੀਂ ਉੱਪਰੋਂ ਹਵਾਈ ਦੌਰਾ ਕਰਕੇ ਹਵਾਈ ਪੈਰ ਛੱਡ ਦਿੰਦੇ ਹੋ ਕਿ ਅਸੀਂ ਤਾਂ ਜੀ ਬਸ ਹੁਣ ਤੁਹਾਡਾ ਭਲਾ ਕਰ ਦੇਣਾ, ਇਹ ਇੱਕ ਚੋਣ ਦਾ ਮੁੱਦਾ ਬਣਾ ਲਿਆ ਜਾਂਦਾ ਭਾਵੇਂ ਕਿਸੇ ਵੀ ਢੰਗ ਦੇ ਨਾਲ ਹੋਵੇ। ਜੀ ਬਿਲਕੁਲ ਸੁਖਵਿੰਦਰ ਜੀ, ਦੇਖੋ ਗੱਲਾਂ ਲੋਕ ਵੀ ਕਰਦੇ ਨੇ, ਆਪਾਂ ਵੀ ਕਰਦੇ ਹਾਂ, ਗੱਲ ਇਹ ਆ ਵੀ ਚੋਣਾਂ ਹੀ ਮੁੱਦਾ ਹੁੰਦਾ, ਇਸ ਕਰਕੇ ਚੋਣਾਂ ਨਾਲ ਚੋਣਾਂ ਦੇ ਆਲੇ ਦੁਆਲੇ ਵੋਟਾਂ ਦੀ ਗਿਣਤੀ ਜਾਂ ਵੋਟਾਂ ਵੋਟਰ ਇਹਨਾਂ ਦੇ ਆਲੇ ਦੁਆਲੇ ਹੀ ਗੱਲ ਘੁੰਮਦੀ ਹੈ, ਰਾਜਨੀਤੀ ਇੱਥੇ ਹੀ ਹੁੰਦੀ, ਅੱਗੇ ਨਹੀਂ ਹੁੰਦੀ ਕਿਤੇ, ਇਸ ਤੋਂ ਅੱਗੇ ਜਾ ਕੇ ਨਹੀਂ ਹੁੰਦੀ ਗੱਲ ਕਿਤੇ। ਜਦੋਂ 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 ਵੋਟਾਂ ਆਉਂਦੀਆਂ ਨੇ ਉਦਾਂ ਦੇ ਇੱਦਾਂ ਦੇ ਸਰਵੇਖਣ, ਉਦੋਂ ਇੱਦਾਂ ਦੀਆਂ ਝਾਤੀਆਂ ਮਾਰਨੀਆਂ, ਇਹ ਤਾਂ ਐਂ ਕਹਿ ਲਓ ਕਿ ਲੋਕਾਂ ਨੂੰ ਦੇਖਦੇ ਨੇ ਕਿ ਲੋਕ ਕਿੰਨੇ ਕੁ ਡੁੱਬੇ ਨੇ, ਆ ਮੂੰਹ ਤੱਕ ਪਾਣੀ ਆ ਗਿਆ, ਡੁੱਬਣ ਲੱਗੇ ਨੇ, ਹਾਲੇ ਗਲ ਗਲ ਤੱਕ ਹੀ ਪਾਣੀ ਆ। ਮੈਂ ਕੱਲ੍ਹ ਵੀ ਗੱਲ ਕੀਤੀ ਸੀਗੀ ਆਪਾਂ ਨੇ ਕਿ ਸੰਗਰੂਰ ਵਾਲੇ ਪਾਸੇ ਤੁਸੀਂ ਦੇਖਿਆ 5,500 ਏਕੜ ਜਿਹੜੀ ਜ਼ਮੀਨ ਹੈ ਉਹ ਪਾਣੀ ਦੇ ਵਿੱਚ ਡੁੱਬ ਗਈ ਹੈ, ਫਸਲ ਹੈ ਜਿਹੜੀ ਉਹ ਲੱਕ ਲੱਕ ਤੱਕ ਪਾਣੀ ਸੀ। ਅੱਜ ਵੀ ਇੱਕ TV ਦੇ ਉੱਤੇ ਚੱਲ ਰਹੀ ਸੀ ਇੱਕ ਖਬਰ, ਉਹਦੇ ਵਿੱਚ ਉਹ ਦੱਸ ਰਹੇ ਸੀ ਗਰੀਬ ਪਰਿਵਾਰ ਖੜੇ ਸੀ, ਕੁਛ ਕਹਿੰਦੇ ਜੀ ਗਲ ਗਲ ਤੱਕ ਪਾਣੀ ਪਹੁੰਚ ਗਿਆ, ਛੱਤਾਂ ਡਿੱਗ ਗਈਆਂ, ਗਰੀਬ ਪਰਿਵਾਰ ਹੈ, ਬੱਚੇ ਛੋਟੇ ਛੋਟੇ, ਇੱਕੋ ਇੱਕ ਕਮਰਾ ਸੀਗਾ, ਉਹਦੀ ਛੱਤਾਂ ਵੀ ਢਹਿ ਗਈਆਂ, ਕਿ ਲੋਕਾਂ ਦੇ ਘਰਾਂ ਦੇ ਵਿੱਚ ਸਮਾਨ ਰੱਖਿਆ ਹੈ। ਇਹ ਉਹਨਾਂ ਚੀਜ਼ਾਂ ਨੂੰ ਦੇਖ ਕੇ ਫੋਟੋਆਂ ਲਵਾ ਕੇ ਇਹ ਹਮਦਰਦੀ ਜ਼ਾਹਰ ਕਰਦੇ ਨੇ। ਲੋਕਾਂ ਦੇ ਘਰਾਂ 'ਚ ਕੋਈ ਐਕਸੀਡੈਂਟ ਹੋ ਜਾਵੇ, ਕੋਈ ਵਿੱਚ ਮਰ ਜਾਵੇ, ਜਿਵੇਂ ਕੋਈ ਕਿਸੇ ਡੈਥ ਹੋ ਗਈ, ਉਹਨਾਂ ਦੇ ਘਰਾਂ 'ਚ ਜਾ ਕੇ ਅਫਸੋਸ ਪ੍ਰਗਟ ਕਰਕੇ ਪਤਾ ਨਹੀਂ ਕਿੱਡੀ ਕੁ ਬੜੀ ਸਹਾਇਤਾ ਹੋ ਜਾਂਦੀ ਹੈ, ਜਿਹੜੀ ਇਹਨਾਂ ਦੀ ਹਮਦਰਦੀ 'ਚ ਪਤਾ ਨਹੀਂ ਕਿੱਡੀ ਕੁ ਵੱਡੀ ਆਰਥਿਕ ਸਹਾਇਤਾ ਲੁਕੀ ਹੁੰਦੀ ਹੈ, ਜਿਹੜੀ ਉਸ ਪਰਿਵਾਰ ਨੂੰ ਸਾਰੀ ਉਮਰ ਜਿਹੜੀ ਹੈਗੀ ਉਸ ਬੰਦੇ ਦੀ ਕਮੀ ਨਹੀਂ ਖਟਕਣ ਦਿੰਦੀ ਹੈਗੀ। ਤੇ ਇਹ ਜਾ ਕੇ ਬੈਠ ਕੇ 2 ਮਿੰਟ ਲਾ ਕੇ ਅਫਸੋਸ ਕਰਿਆ ਜੀ, ਡੂੰਘਾ ਅਫਸੋਸ ਪ੍ਰਗਟ ਕੀਤਾ ਜੀ, ਇਹ ਉਹ ਲੋਕ ਨੇ, ਇਹਨਾਂ ਨੇ ਕਰਨਾ ਕੁਛ ਨਹੀਂ, ਇਹਨਾਂ ਨੇ ਦੇਖਣਾ ਵੀ ਉੱਥੇ ਇਕੱਠ ਹੋਊਗਾ, ਇਹਨਾਂ ਨੇ ਇਹ ਥੋੜੀ ਦੇਖਣੀ ਵੀ ਉਹਨਾਂ ਦੇ ਵਿਚਾਰਿਆਂ ਦੇ ਘਰ ਦਾ ਜੀ ਚਲਾ ਗਿਆ, ਉਹਨਾਂ ਦਾ ਕਿਸੇ ਦੇ ਘਰ ਢਹਿ ਗਏ ਆ, ਜਾਂ ਕੋਈ ਬੰਦਾ ਕਿੰਨਾ ਗਰੀਬ ਹੈ ਉਹਦਾ ਗੁਜ਼ਾਰਾ ਕਿਵੇਂ ਚੱਲਣਾ। ਇਹ ਕਿੱਥੇ ਕੋਈ ਇੱਕ ਬੰਦਾ ਲੈ ਕੇ ਆਓ ਪੰਜਾਬ ਦੀ, ਆਪਾਂ ਗੱਲ ਕਰ ਰਹੇ ਹਾਂ ਪੰਜਾਬ 'ਚੋਂ, ਜਿਸ ਦਾ ਜਿਹਦੇ ਘਰੇ ਕੋਈ ਏਦਾਂ ਐਕਸੀਡੈਂਟ ਦੀ ਜਾਂ ਕੋਈ ਹੋਰ ਕਿਸੇ ਤਰੀਕੇ ਨਾਲ ਮੌਤ ਹੋਈ ਹੋਵੇ, ਤੇ ਉਹਨੂੰ ਮੁੜ ਕੇ ਵਿਚਾਰੇ ਨੂੰ ਕੋਈ ਆਰਥਿਕ ਤੰਗੀ ਦਾ ਸਾਹਮਣਾ ਨਾ ਕਰਨਾ ਪਿਆ ਹੋਵੇ। ਵੱਡੇ ਵੱਡੇ ਲੋਕਾਂ ਜਿਹੜੇ ਹੋਣਹਾਰ ਨੇ, ਜਿਨ੍ਹਾਂ ਦੇ ਵਿੱਚ ਗੁਣ ਹੈ, ਲੋਕ ਉਹ ਵੀ ਰੁਲਦੇ ਦੇਖੇ ਨੇ, ਕੋਈ ਨੀ ਬਾਂਹ ਫੜਦਾ ਇਹਨਾਂ ਦੇ ਘਰੇ। ਤੁਸੀਂ ਇੱਕ ਵਾਰੀ MLA ਬਣ ਜਾਵੇ ਕੋਈ ਬੰਦਾ, ਮੁੜ ਕੇ ਦੇਖ ਲਿਓ ਕੋਈ ਘਰੇ ਕੋਈ ਉਹ ਕਮੀ ਪੇਸ਼ੀ ਕੋਈ ਦਿਖਾ ਦਿਓ ਉਹਨਾਂ ਦੇ ਘਰੇ, ਸਾਰੇ ਐਨ ਅਮੀਰ ਜਾਇਦਾਦਾਂ ਬਣੀਆਂ ਹੋਈਆਂ ਹੋਣਗੀਆਂ, ਦੇਖ ਲਓ ਕਿੱਥੋਂ ਬਣਦੀਆਂ ਨੇ ਉਹ। ਇਹ ਸਰਵੇਖਣ ਜਿਹੜੇ ਹੁੰਦੇ ਨੇ, ਇਹ ਸਿਰਫ ਦੇਖਿਆ ਜਾਂਦਾ ਕਿ ਕਿੰਨਾ ਕੁ ਏਰੀਆ ਹੋ ਗਿਆ, ਕਿਵੇਂ ਪੈਸਾ, ਕਿਵੇਂ ਫੰਡ ਮੰਗਿਆ ਜਾਵੇ ਕੇਂਦਰ ਤੋਂ, ਕਿੰਨਾ ਕਿਹਾ ਜਾਵੇ,
ਆਈਡੀਆ ਜਿਹਾ ਲਾ ਲੈਂਦੇ ਨੇ ਉੱਪਰ ਜਾ ਕੇ, ਫਿਰ ਸਰਵੇਖਣ ਦਾ ਨਾਂ ਨਾਲੇ ਫੋਟੋਆਂ ਲੱਗ ਜਾਂਦੀਆਂ ਨੇ, ਨਾਲੇ ਹਵਾਈ ਜਹਾਜ਼ ਦੀ ਸੈਰ ਹੋ ਜਾਂਦੀ ਹੈ, ਨਾਲੇ ਨਾਲੇ ਦਿਖ ਜਾਂਦਾ ਨਜ਼ਾਰਾ ਵੀ ਕਿੱਦਾਂ ਪਾਣੀ ਦੇਖ ਫਿਰਦਾ ਜੀ। ਇਹ ਤਾਂ ਇੱਕ ਐਂ ਕਹਿ ਲਓ ਕਿ ਐਂਟਰਟੇਨਮੈਂਟ ਦਾ ਸਾਧਨ ਹੀ ਬਣਾ ਲੈਂਦੇ ਨੇ, ਪਬਲਿਸਿਟੀ ਦਾ ਸਾਧਨ ਬਣ ਜਾਂਦਾ। ਫੰਡ ਮੰਗਣਾ ਹੁੰਦਾ ਉੱਪਰੋਂ ਬਜਟ, ਉਹ ਬਜਟ ਕਿਹਨਾਂ ਲੋਕਾਂ 'ਚ ਵੰਡਦਾ, ਕਿੰਨਾ ਵੰਡਦਾ, ਕਿੰਨਾ ਮੁਆਵਜ਼ਾ ਜਾਂਦਾ, ਉਹ ਸਾਰਿਆਂ ਨੂੰ ਪਤਾ ਹੀ ਹੈ। ਅੱਜ ਤੱਕ ਜਿੰਨੇ ਵੀ ਮੁਆਵਜ਼ੇ ਤੁਸੀਂ ਦੇਖੇ ਹੜ੍ਹ ਪੀੜਤਾਂ ਦੇ ਲਈ ਆਏ ਨੇ, ਕਿੰਨੇ ਕੁ ਵੰਡੇ ਗਏ ਨੇ, ਕਿਹੜੇ ਲੋਕ ਸੈਟਿਸਫਾਈ ਹੋ ਗਏ, ਜਿਹੜੇ ਹੁਣ ਹੋ ਜਾਣਗੇ। ਹਰ ਵਾਰ ਹਰ ਸਾਲ ਜਦੋਂ ਕਿਤੇ ਦੋ ਚਾਰ ਦਿਨ ਬਾਰਿਸ਼ ਹੋ ਜੇ, ਹੜ੍ਹ ਵਰਗੀ ਸਥਿਤੀ ਬਣ ਜਾਂਦੀ ਹੈ, ਹੜ੍ਹ ਆ ਜਾਂਦੇ ਨੇ ਤੇ ਆਹ ਘੱਗਰ ਅੱਜ ਦਾ ਆਉਂਦਾ, ਨਹਿਰਾਂ ਅੱਜ ਟੁੱਟਦੀਆਂ ਨੇ, ਅੱਜ ਹੀ ਟੁੱਟ ਰਹੀਆਂ ਨੇ। ਕਿਹੜੀਆਂ ਸਰਕਾਰਾਂ ਨੇ ਜਿਹਨਾਂ ਨੇ, ਜਿਹਨਾਂ ਦੇ ਵੇਲੇ ਏਦਾਂ ਦੀ ਕੁਛ ਸਥਿਤੀ ਪੈਦਾ ਨਹੀਂ ਹੋਈ? ਫੰਡ ਆਉਂਦੇ ਨੇ, ਕਿੱਥੇ ਲੱਗਦੇ ਨੇ, ਕੋਈ ਪਤਾ ਨਹੀਂ ਹੈਗਾ। ਆਹ ਅੱਜ ਬਣੀ ਹੈ, ਪਟੜੀਆਂ ਬਣ ਗਈਆਂ ਜਾਂ ਨਹਿਰਾਂ ਦੇ ਕੰਢੇ ਪੱਕੇ ਕਰਤੇ ਜਾਂ ਕੁਛ ਹੋਰ ਕਰਤਾ, ਔਰ ਦੂਜੇ ਚੌਥੇ ਦਿਨ ਇੱਕ ਪਹਿਲਾ ਮੀਂਹ ਹੁੰਦਾ, ਸਭ ਟੁੱਟ ਜਾਂਦਾ। ਕੋਈ ਕਾਰਵਾਈ ਹੋਈ ਆ? ਸੜਕਾਂ ਬਣਦੀਆਂ ਨੇ, ਬਣਦੀਆਂ ਬਾਅਦ ਚ ਨੇ, ਟੁੱਟ ਪਹਿਲਾਂ ਜਾਂਦੀਆਂ ਨੇ। ਕੋਈ ਕਾਰਵਾਈ ਹੋਈ ਅੱਜ ਤੱਕ? ਕਿਹਨੂੰ ਨੀ ਪਤਾ, ਉਹਨਾਂ ਸੜਕਾਂ ਤੇ ਇਹਨਾਂ ਦੀਆਂ ਗੱਡੀਆਂ ਦੌੜਦੀਆਂ ਨੇ, ਪਰ ਇਹਨਾਂ ਨੇ ਕੀ ਲੈਣਾ? ਇਹਨਾਂ ਦੀ ਕਿਹੜਾ ਪਰਸਨਲ ਗੱਡੀਆਂ ਆਉਂਦੀਆਂ ਨੇ, ਪੈਸਾ ਖਰਚ ਕੇ ਲਈਆਂ ਨੇ ਸਰਕਾਰੀ ਖਜ਼ਾਨੇ ਜੋ ਗੱਡੀਆਂ ਨੇ, ਟੁੱਟਣਾ ਮੁਰੰਮਤ ਹੋਣਾ, ਟੁੱਟ ਗਈ ਛਾਕੜਾ ਬਣ ਗਈ ਨਵੀਂ ਲੈ ਲਓ ਤਾਂ ਵੀ ਸਰਕਾਰੀ ਖਜ਼ਾਨੇ ਚੋਂ ਆਉਣੀ ਆ। ਸੋ ਇਹਨਾਂ ਨੂੰ ਤਾਂ ਕੋਈ ਫਰਕ ਨੀ ਪੈਂਦਾ। ਸੋ ਆਹ ਗੱਲ ਹੈ ਜਿਹੜੀਆਂ ਤੁਸੀਂ ਗੱਲ ਕਰਦੇ ਹੋ ਕਿ ਸਰਵੇਖਣ ਹੁੰਦਾ ਹੈ, ਹਵਾਈ ਫਾਇਰੇ ਹੁੰਦੇ ਨੇ, ਇਹ ਸਾਰੇ ਕੋਈ ਨੀ ਜਾ ਕੇ ਖੜਦਾ। ਕਿਸੇ ਨੇ ਅੱਜ ਤੱਕ 10 ਦਿਨ ਲੋਕ ਗੱਲਾਂ ਕਰਦੇ ਨੇ, ਫਲਾਣਾ ਬੰਦਾ ਪੰਜਾਬ ਦਾ ਆਹ ਕਰਦੂ, ਢਮਕਾਣਾ ਆਹ ਕਰਦੂ, ਤੇ ਦੱਸ ਦੇਵੇ ਕਦੇ ਕੋਈ ਕੀਤਾ ਕੁਛ ਸਿਵਾਏ ਆਪਣੀ ਜਾਇਦਾਦ ਬਣਾਉਣ ਦੇ, ਸਿਵਾਏ ਆਪਣੇ ਆਲੇ ਦੁਆਲੇ ਆਹ ਬਾਡੀ ਗਾਰਡ ਘੁਮਾਉਣ ਦੇ, ਸਿਵਾਏ ਆਪਣੀ ਚਾਪਲੂਸੀ ਕਰਾਉਣ ਦੇ, ਸਿਵਾਏ ਸਲੂਟ ਮਰਵਾਉਣ ਦੇ ਜਾਂ ਖਜ਼ਾਨਾ ਖਾਲੀ ਕਰਨ ਦੇ, ਇਹਨਾਂ ਨੇ ਕੁਛ ਕੀਤਾ? ਕੀ ਕਿਸੇ ਮੁਲਾਜ਼ਮਾਂ ਵਰਗ ਦਾ ਸਵਾਰਿਆ, ਕਿਸੇ ਲੇਬਰ ਵਰਗ ਦਾ ਕੁਛ ਸਵਾਰਿਆ, ਕਿਸੇ ਖੇਤੀ ਢਾਂਚੇ ਨੂੰ ਵਧੀਆ ਬਣਾਉਣ ਦੇ ਲਈ ਕੁਛ ਕੀਤਾ? ਆਹ ਹੜਾਂ ਤੋਂ ਲੋਕਾਂ ਨੂੰ ਬਚਾਉਣ ਲਈ ਕੋਈ ਕੁਛ ਕੀਤਾ? ਨਹੀਂ, ਕੁਛ ਨਹੀਂ ਕੀਤਾ। ਪਰ ਧਰਤੀ ਦਾ ਪਾਣੀ ਖਤਮ ਹੁੰਦਾ ਜਾ ਰਿਹਾ, ਆਹ ਪਾਣੀ ਵੇਸਟੇਜ ਆ ਜਿਹੜਾ ਹੜਾਂ ਦੇ ਰੂਪ ਚ ਆ ਜਾਂਦਾ। ਇਹਨੂੰ ਕਿਤੇ ਯੂਜ਼ ਕਰਨ ਦੀ ਗੱਲ ਹੋਈ ਹੈ? ਕੋਈ ਏਦਾਂ ਦੀ ਪਲੈਨਿੰਗ ਬਣੇ ਨੇ? ਕੋਈ ਕੁਛ ਨਹੀਂ। ਇਹ 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 ਤਾਂ ਪੜ੍ਹੇ ਲਿਖੇ ਲੋਕਾਂ ਦਾ ਕੰਮ ਹੈ। ਸੁਖਵਿੰਦਰ ਜੀ ਇਹ ਕਹਿੰਦੇ ਕਿ ਲੋਕਾਂ ਨੂੰ ਤਾਂ ਸਿੱਖਿਆ ਦੇਣੀ ਨਹੀਂ, ਨਾ ਲੋਕਾਂ ਨੂੰ ਸਿੱਖਿਆ ਦਿਓ ਨਾ ਸਿਹਤ, ਠੀਕ ਹੈ? ਲੋਕ ਬੁੱਧੂ ਬਣੇ ਰਹਿਣਗੇ, ਸਾਡੀਆਂ ਗੱਲਾਂ ਚ ਆਈ ਜਾਣਗੇ, ਤੇ ਅਸੀਂ ਖਾਈ ਜਾਓ ਜਿਹੜਾ ਆਉਂਦਾ ਫੰਡ ਛੱਕ ਜਾਓ, ਕਰੋੜਾਂ ਰੁਪਏ ਦੇ ਘਟਾਲੇ, ਲੱਖਾਂ ਰੁਪਇਆ ਗਬਨ, ਤੇ ਵੱਡੀਆਂ ਵੱਡੀਆਂ ਜਾਇਦਾਦਾਂ ਬਣ ਜਾਂਦੀਆਂ ਨੇ MLA MPs ਦੀਆਂ, ਮੁੜ ਕੇ ਕਦੇ ਸੱਤਾ ਆਉਂਦੀ ਹੈ ਠੀਕ ਹੈ, ਨਹੀਂ ਆਉਂਦੀ ਨਾ, ਅਸੀਂ ਕੋਈ ਗੱਲ ਨੂੰ ਸਾਨੂੰ ਕੋਈ ਫਰਕ ਨਹੀਂ ਪੈਂਦਾ। ਅਸੀਂ ਤਾਂ ਲੋਕਾਂ 'ਚ ਜਾਣਾ, ਹੱਥ ਜੋੜਨੇ ਆ, ਦੱਸ ਦੇਣਾ ਕਿ ਅਸੀਂ ਤੁਹਾਡੇ ਬਹੁਤ ਹਮਦਰਦ ਹਾਂ, ਲੋਕੀ ਭੋਲੇ ਭਾਲੇ ਨੇ, ਫਿਰ ਵੋਟਾਂ ਪਾ ਦੇਣਗੇ, ਸੱਤਾ 'ਚ ਬਿਠਾ ਦੇਣਗੇ। ਗੱਲ ਇੰਨੀ ਕੁ ਹੁੰਦੀ ਹੈ ਜੀ। ਬਿਲਕੁਲ। ਅਗਲੀ ਖਬਰ ਦੀ ਗੱਲ ਕਰਦੇ ਹਾਂ ਪਰਮਿੰਦਰ ਜੀ, ਦਾਦੂਵਾਲ ਸਾਹਿਬ ਤੇ ਜਿਹੜੇ ਵਿਜੇ ਸਾਂਪਲਾ ਨੇ ਉਹਨਾਂ ਦੀ ਮੁਲਾਕਾਤ ਹੋਣੀ ਸੀ, ਕਿਸਾਨਾਂ ਨੇ ਵਿੱਚ ਵਿਚਾਲੇ ਵਿਰੋਧ ਕੀਤਾ, ਤੇ ਦਾਦੂਵਾਲ ਸਾਹਿਬ ਨੇ ਜੋ ਕੁਛ ਕਿਹਾ ਉਹ ਵੀ ਤੁਸੀਂ ਸੁਣਿਆ ਹੋਣਾ, ਵਿਜੇ ਸਾਂਪਲਾ ਵੀ ਜੋ ਕੁਛ ਕਹਿ ਰਹੇ ਨੇ, ਪਰ ਇਹਦੇ ਵਿਚਾਲੇ ਜਦੋਂ ਆਪਾਂ ਪਿੱਛੇ ਜੇ ਖਬਰਾਂ ਸੁਣੀਆਂ ਕਿ ਦਾਦੂਵਾਲ ਸਾਹਿਬ ਵਿਚੋਲੇ ਬਣ ਰਹੇ ਨੇ ਕਿਸਾਨਾਂ ਦੇ ਵਿਚਾਲੇ ਤੇ ਸਰਕਾਰ ਦੇ ਵਿਚਾਲੇ, ਉਦੋਂ ਖੱਟਰ ਸਾਹਿਬ ਨਾਲ ਵੀ ਮੁਲਾਕਾਤ ਹੋਈ ਸੀ, ਹੁਣ ਕਿਹਾ ਜਾ ਰਿਹਾ ਕਿ ਨਹੀਂ ਇਹ ਤਾਂ ਸਾਰੀ ਮੁਲਾਕਾਤ ਜਿਹੜੀ ਹੈ ਇਹਦਾ ਏਜੰਡਾ ਇਹ ਸੀਗਾ ਕਿ ਜਿਹੜੀ ਦਲਿਤਾਂ ਦੀ ਭਲਾਈ ਦੇ ਲਈ, ਭਾਵੇਂ ਉਹ ਹਰਿਆਣੇ ਦੇ ਵਿੱਚ ਨੇ, ਕਿਉਂਕਿ ਦਾਦੂਵਾਲ ਸਾਹਿਬ ਉੱਥੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਨੇ, ਬੜਾ ਕੁਝ ਇਹੋ ਜਿਹਾ ਜਿਹੜਾ ਇਹਨੂੰ ਸਿਆਸੀ ਨਜ਼ਰੀਏ ਨਾਲ ਵੀ ਦੇਖਿਆ ਜਾ ਰਿਹਾ ਕਿ ਆਖਿਰਕਾਰ ਇਹ ਮੁਲਾਕਾਤ ਕਿਉਂ ਹੋਣੀ ਸੀ। ਠੀਕ ਹੈ, ਮੁਲਾਕਾਤ ਦੇ ਵਿੱਚ ਵਿਘਨ ਪਿਆ, ਕਿਸਾਨਾਂ ਨੇ ਅੱਗੇ ਨਹੀਂ ਵਧਣ ਦਿੱਤਾ ਵਿਜੇ ਸਾਂਪਲਾ। ਦੇਖੋ ਭਾਜਪਾ ਦਾ ਵਿਰੋਧ ਹੋ ਹੀ ਰਿਹਾ, ਲੇਕਿਨ ਜਿਹੜੇ ਭਾਜਪਾ ਪੱਖੀ ਗੱਲ ਕਰਦੇ ਨੇ ਉਹਨਾਂ ਦਾ ਵਿਰੋਧ ਵੀ ਹੁਣ ਨਾਲ ਨਾਲ ਹੋਣਾ ਸ਼ੁਰੂ ਹੋ ਗਏ। ਉਹ ਕਿਉਂ ਲੋਕ ਹਟਦੇ ਨੇ? ਉਹ ਲੋਕ ਉਹ ਜਾਣ ਬੁੱਝ ਕੇ ਆਮ ਲੋਕਾਂ ਨੂੰ ਛੇੜ ਰਹੇ ਨੇ, ਆਮ ਲੋਕਾਂ ਨੂੰ ਇਸ ਕਦਰ ਭੜਕਾ ਰਹੇ ਨੇ, ਉਹਨਾਂ ਦੀਆਂ ਭਾਵਨਾਵਾਂ ਨਾਲ ਇਸ ਕਦਰ ਖੇਡਿਆ ਜਾ ਰਿਹਾ ਕਿ ਉਹ ਕਿਤੇ ਨਾ ਕਿਤੇ ਜਾ ਕੇ ਕਿਸੇ ਸਟੇਜ ਤੇ ਜਾ ਕੇ ਕੋਈ ਛੋਟੀ ਮੋਟੀ ਹਰਕਤ ਕਰ ਦੇਣ ਤੇ ਉਹਨੂੰ ਹਿੰਸਾ ਦਾ ਰੂਪ ਦੇ ਕੇ ਉਹਨਾਂ ਦੇ ਪਰਚੇ ਦਰਜ ਕਰਕੇ ਉਹਨਾਂ ਨੂੰ ਅੰਦਰ ਕਰੀਏ, ਡਰ ਪੈਦਾ ਕਰੀਏ, ਵੱਧ ਤੋਂ ਵੱਧ ਪੁਲਿਸ ਪ੍ਰਸ਼ਾਸਨ ਤੋਂ ਕਟਵਾਈਏ ਲੋਕਾਂ ਨੂੰ, ਤੇ ਡਾਂਗਾ ਮਰਵਾਈਏ ਉਹਨਾਂ ਤੋਂ ਸੁਪਰੀਮ ਕੋਰਟ ਦੇ ਵਿੱਚ ਜਾਂ ਹੋਰਨਾਂ ਕੋਰਟਾਂ ਦੇ ਵਿੱਚ ਅਸੀਂ ਜਾ ਕੇ ਆਪਣੀ ਗੱਲ ਰੱਖੀਏ ਵੀ ਦੇਖੋ ਜੀ ਸਾਡੇ ਨਾਲ ਐਂ, ਸਾਡੇ ਤੇ ਹਮਲਾ ਹੋ ਰਿਹਾ, ਸਾਡੇ ਤੇ ਜਾਨਲੇਵਾ ਹਮਲੇ ਹੋ ਰਹੇ ਨੇ। ਜਦਕਿ ਚਾਹੀਦਾ ਇਹਨਾਂ ਨੂੰ ਐਂ ਵੀ ਜਦੋਂ ਤੱਕ ਉਹ ਗੱਲ ਸੋਲਵ ਨਹੀਂ ਹੋ ਜਾਂਦੀ, ਜੇ ਜਿੱਥੇ ਜਿਹਦੇ ਕਰਕੇ ਲੋਕ ਬੈਠੇ ਨੇ, ਤੁਸੀਂ ਆਰਾਮ ਨਾਲ ਬੈਠ ਜਾਓ। ਜਦੋਂ ਤੁਹਾਨੂੰ ਲੋਕ ਪਸੰਦ ਨਹੀਂ ਕਰ ਰਹੇ, ਤੁਸੀਂ ਜਾਣ ਬੁੱਝ ਕੇ ਕਿਉਂ ਜਾ ਰਹੇ ਹੋ ਲੋਕਾਂ ਦੇ ਵਿੱਚ? ਤੁਹਾਡਾ ਜੇ ਜਮਹੂਰੀ ਹੱਕ ਹੈਗਾ ਜਾਣਾ ਲੋਕਾਂ ਦੇ ਵਿੱਚ, ਜਾ ਕੇ ਵੋਟਾਂ ਮੰਗਣੀਆਂ, ਆਪਣੀ ਗੱਲ ਰੱਖਣੀ, ਤਾਂ ਤੁਸੀਂ ਜਿੱਦਾਂ ਘਰੇ ਬੈਠ ਕੇ ਤੁਸੀਂ ਬਿਆਨਬਾਜ਼ੀ ਕਰਦੇ ਹੋ ਕਿ ਪੱਖ ਹੈ ਪੱਖੀ ਕਿਸਾਨ ਪੱਖੀ ਨੇ ਆਹ ਕਾਨੂੰਨ, ਓਦਾਂ ਤੁਸੀਂ ਆਪਣਾ ਪੱਖ ਵੀ ਰੱਖੀ ਜਾਓ।
ਜਾਂ ਤਾਂ ਲੋਕਾਂ 'ਚ ਜਾ ਕੇ ਸਮਝਾਓ ਵੀ ਕਿਵੇਂ ਨੇ ਉਹ ਭਾਈ ਕਿਸਾਨ ਪੱਖੀ ਕਾਨੂੰਨ ਕਿਵੇਂ ਨੇ, ਉਹਨਾਂ ਦੇ ਹੱਕ 'ਚ ਵਿੱਚ ਕਿਵੇਂ ਨੇ, ਉਹਨਾਂ ਨਾਲ ਗੱਲ ਕਰੋ ਵੀ ਅਸੀਂ ਆ ਰਹੇ ਹਾਂ, ਤੁਹਾਨੂੰ ਅਸੀਂ ਦੱਸਦੇ ਹਾਂ ਭਾਈ, ਤੁਸੀਂ ਬੁਲਾ ਲਓ, ਅਸੀਂ ਮੀਟਿੰਗ ਕਰਨ ਨੂੰ ਤਿਆਰ ਹਾਂ, ਅਸੀਂ ਜਨਤਕ ਤੌਰ 'ਤੇ ਬਹਿਸ ਕਰਨ ਨੂੰ ਵੀ ਤਿਆਰ ਹਾਂ, ਅਸੀਂ ਦੱਸਾਂਗੇ ਕਿਸ ਤਰ੍ਹਾਂ ਪੱਖ 'ਚ ਲੋਕਾਂ ਦੇ ਵਿੱਚ ਜਿਹੜਾ ਹੈਗਾ ਗਲਤ ਫਹਿਮੀ ਪਾਲੀ ਜਾ ਰਹੀ ਹੈ। ਉਹ ਤਾਂ ਗੱਲ ਚੱਲ ਮੰਨਣ ਵਾਲੀ ਹੋਈ, ਕੋਈ ਕਿਤੇ ਨਾ ਕਿਤੇ ਵੀ ਹਾਂ ਭਾਈ ਕੋਈ ਗੱਲ ਕਰਨ ਨੂੰ ਤਿਆਰ ਹੋ ਰਹੇ ਨੇ। ਜੇ ਤੁਸੀਂ ਆਹ ਗੱਲ ਕਰ ਹੀ ਨਹੀਂ ਸਕਦੇ, ਤੁਹਾਨੂੰ ਖੁਦ ਨੂੰ ਪਤਾ ਕਿ ਹਾਂ ਤੁਹਾਡੇ ਆਪਦੇ ਤਾਂ ਲੋਕ ਦੱਸ ਰਹੇ ਨੇ, ਜੋਸ਼ੀ ਵਰਗੇ ਦੱਸ ਰਹੇ ਨੇ ਕਿ ਨਹੀਂ ਹੈਗੇ ਕਿਸਾਨ ਪੱਖੀ ਕਾਨੂੰਨ, ਬਹੁਤ ਸਾਰੇ ਲੋਕ ਬੋਲਣ ਲੱਗ ਗਏ ਆ ਹੁਣ, ਤੇ ਤੁਸੀਂ ਫੇਰ ਜਾ ਕੇ ਲੋਕਾਂ ਦੇ ਵਿੱਚ ਖੜ ਰਹੇ ਹੋ ਤੇ ਲੋਕਾਂ ਨੂੰ ਹਿੰਸਕ ਬਣਾਉਣ ਦੀ ਕੋਸ਼ਿਸ਼ ਕਰੀ ਜਾ ਰਹੀ ਹੈ, ਤੇ ਉਹ ਗਲਤ ਭਾਵਨਾ ਇਹਨਾਂ ਦੀ। ਰਹੀ ਗੱਲ ਦਾਦੂਵਾਲ ਸਾਹਿਬ ਦੀ, ਦਾਦੂਵਾਲ ਨੂੰ ਮਿਲਣ ਜਾ ਰਹੇ ਸੀ, ਸਾਂਵਲਾ ਵਿਰੋਧ ਹੋਣਾ ਹੀ ਸੀ, ਮਾਸਟਰ ਮੋਹਨ ਲਾਲ ਦਾ ਵੀ ਹੋਇਆ, ਅਨੰਦਪੁਰ ਸਾਹਿਬ ਦੇ ਜਾ ਰਹੇ ਸੀ ਉਹ ਲੋਕਾਂ ਦੇ ਵਿੱਚ, ਤੇ ਉੱਥੇ ਵੀ ਵਿਰੋਧ ਹੋਇਆ। ਤੇ ਦਾਦੂਵਾਲ ਸਾਹਿਬ ਪਹਿਲਾਂ ਵਿਚੋਲਗਰੀ ਕਰਨ ਦੀ ਗੱਲ ਕਰਦੇ ਸੀਗੇ, ਤੇ ਹੁਣ ਸਾਂਵਲਾ ਨਾਲ ਮਿਲ ਕੇ ਕੋਈ ਗੱਲਬਾਤ ਕਰਨੀ ਹੋਣੀ ਪੰਜਾਬ ਦੀ ਸਿਆਸਤ ਦੇ ਵਿੱਚ, ਕਿਉਂਕਿ ਹਰਿਆਣਾ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਹਰਿਆਣਾ ਦੇ ਵਿੱਚ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਹੋਏ ਨੇ, ਤੇ ਉਹਨਾਂ ਨੇ ਆਪਣੀ ਕੁਰਸੀ ਵੀ ਬਚਾਉਣੀ ਹੈ, ਤੇ ਸਰਕਾਰ ਦਾ ਪਿੱਛੇ ਪਿੱਛੇ ਹੱਥ ਵੀ ਹੋਣਾ ਚਾਹੀਦਾ ਹੈ, ਤੇ ਉਹ ਗੱਲ ਉਹ ਕਿਤੇ ਨਾ ਕਿਤੇ ਕੋਈ ਪੱਤਾ ਪੈਂਤੜਾ ਖੇਡਣਾ ਹੁਣ ਰਾਜਨੀਤਿਕ ਜਿਹਦਾ ਵਿਰੋਧ ਹੋਇਆ, ਤੇ ਹੁਣ ਉਹ ਦੱਸ ਰਹੇ ਨੇ ਕਿ ਬਾਦਲਾਂ ਨੇ ਬਾਦਲ ਕਰਵਾ ਰਹੇ ਨੇ ਜੀ। ਤੇ ਪਹਿਲਾਂ ਦੂਜੇ ਪਾਸੇ ਜਿਹੜੇ ਮਾਸਟਰ ਮੋਹਨ ਲਾਲ ਵਰਗੇ ਨੇ ਜਾਂ ਹੋਰ ਭਾਜਪਾ ਆਗੂ ਨੇ, ਉਹ ਕਹਿੰਦੇ ਜਿਹੜਾ ਸਾਡਾ ਵਿਰੋਧ ਕਰ ਰਹੇ ਨੇ ਕਿਸਾਨ ਹੈ ਹੀ ਨਹੀਂ, ਨਾ ਤਾਂ ਕਿਸਾਨ ਇੱਥੇ ਪਿੰਡਾਂ ਦੇ ਵਿੱਚ ਵਿਰੋਧ ਕਰ ਰਿਹਾ। ਸੁਖਵਿੰਦਰ ਜੀ ਤੁਸੀਂ ਇੱਕ ਗੱਲ ਸੋਚੋ, ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜੇ ਵਿਰੋਧ ਹੋ ਰਿਹਾ ਭਾਜਪਾ ਵਾਲਿਆਂ ਦਾ, ਜੇ ਉਹ ਵਿਰੋਧ ਕਰ ਰਹੇ ਨੇ ਤਾਂ ਉਹ ਕਿਸਾਨ ਨਹੀਂ ਹੈਗੇ, ਨਾ ਤਾਂ ਉਹ ਮਤਲਬ ਨਾ ਤਾਂ ਪਿੰਡਾਂ ਦੇ ਵਿੱਚ ਕਿਸਾਨ ਵਿਰੋਧ ਕਰ ਰਹੇ ਨੇ, ਨਾ ਸ਼ਹਿਰਾਂ ਦੇ ਵਿੱਚ ਜਿਹੜਾ ਵਿਰੋਧ ਕਰ ਰਹੇ ਨੇ ਉਹ ਕਿਸਾਨ ਨੇ, ਨਾ ਹੀ ਦਿੱਲੀ ਦੇ ਬਾਰਡਰ ਤੇ ਬੈਠੇ ਨੇ ਜਿਹੜੇ ਉਹ ਕਿਸਾਨ ਨੇ, ਫਿਰ ਕਿਸਾਨ ਗਏ ਕਿੱਥੇ? ਤੇ ਉਹ ਇੰਨੇ ਲੋਕ ਕਿੱਥੋਂ ਆ ਗਏ ਬਈ ਜਿਹੜੇ ਵਿਰੋਧ ਕਰ ਰਹੇ ਨੇ ਕਿਸਾਨਾਂ ਦਾ ਰੂਪ ਲੈ ਕੇ, ਕਿਸਾਨਾਂ ਦੇ ਭੇਸ ਦੇ ਵਿੱਚ, ਉਹ ਕੌਣ ਨੇ ਦੱਸਣ? ਹੁਣ ਭਾਜਪਾ ਵੀ ਦੱਸ ਦੇਵੇ, ਪਹਿਲਾਂ ਤਾਂ ਇਕੱਲੇ ਕਹਿੰਦੇ ਸੀ ਕਾਂਗਰਸੀ ਆ, ਹੁਣ ਤਾਂ ਅਕਾਲੀ ਦਲ ਨਾਲੋਂ ਵੀ ਤੋੜ ਵਿਛੋੜਾ ਹੋ ਗਿਆ, ਅਕਾਲੀ ਦਲ ਤਾਂ ਆਪ ਮੈਂਬਰ ਵਫਦ ਲਈ ਫਿਰਦਾ, ਰਾਸ਼ਟਰਪਤੀ ਤੱਕ ਨੂੰ ਮਿਲਿਆ ਜਾ ਰਿਹਾ ਬੀਬੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਦੇ ਵਿੱਚ, ਖੇਤੀ ਕਾਨੂੰਨ ਰੱਦ ਕਰਾਉਣ ਵਾਸਤੇ ਉੱਥੇ ਤਖਤੀਆਂ ਲੈ ਕੇ ਖੜੇ ਨੇ, ਤੇ ਹੁਣ ਕੌਣ ਵਿਰੋਧ ਕਰ ਰਿਹਾ ਹੈ? ਪੋਲੀਟੀਸ਼ੀਅਨ ਕਹਿੰਦੇ ਜੀ ਇਹ ਕਾਂਗਰਸ ਦੀ ਖੇਡ ਹੈ ਜੀ, ਜਾਂ ਅਕਾਲੀਆਂ ਦਾ ਨਾਮ ਵੀ ਲਓ, ਹੁਣ ਤਾਂ ਹੁਣ ਅਕਾਲੀ ਵੀ ਵਿਰੋਧ ਕਰ ਰਹੇ ਨੇ। ਤੇ ਦਾਦੂਵਾਲ ਦੇ ਨਾਲ ਜਿਹੜੀ ਮੀਟਿੰਗ ਸੀਗੀ ਉਹ ਇਹੀ ਹੋ ਸਕਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਕੋਈ ਗੱਲ ਪੰਜਾਬ ਦੇ ਵਿੱਚ, ਕਿਉਂਕਿ ਪੰਜਾਬ ਦੇ ਵਿੱਚ ਵੀ ਦਾਦੂਵਾਲ ਸਰਗਰਮ ਰਹੇ ਨੇ, ਤੇ ਉਹਨਾਂ ਦਾ ਹੈ ਥੋੜ੍ਹਾ ਬਹੁਤਾ ਰਸੂਖ ਜੋ ਹੈਗਾ, ਪਰ ਹੁਣ ਭਾਜਪਾ ਕਰਕੇ ਪਤਾ ਨਹੀਂ ਲੋਕ ਉਹਨਾਂ ਨੂੰ ਨੇੜੇ ਲਾਉਣਗੇ ਜਾਂ ਨਹੀਂ। ਉਹ ਕਿਤੇ ਨਾ ਕਿਤੇ ਕੋਈ ਐਸਸੀ ਕਮਿਸ਼ਨ ਦੇ ਚੇਅਰਮੈਨ ਦੇ ਹੋਣ ਦੇ ਨਾਤੇ ਦਲਿਤ ਪੱਤਾ ਸਾਰੀਆਂ ਪਾਰਟੀਆਂ ਵੱਲੋਂ ਖੇਡਿਆ ਜਾ ਰਿਹਾ, ਕਿਤੇ ਇੱਧਰਲੇ ਪਾਸੇ ਕੋਈ ਗੱਲਬਾਤ ਹੋਈ ਹੋਣੀ, ਕਿਸਾਨਾਂ ਨੂੰ ਪਤਾ ਲੱਗਿਆ ਤੇ ਕਿਸਾਨਾਂ ਨੇ ਵਿਰੋਧ ਕੀਤਾ, ਤੇ ਭਾਜਪਾ ਆਗੂਆਂ ਦਾ ਚਾਰੇ ਪਾਸੇ ਵਿਰੋਧ ਹੋ ਰਿਹਾ ਤੇ ਹੁੰਦਾ ਰਹੇਗਾ ਉਦੋਂ ਤੱਕ ਜਦੋਂ ਤੱਕ ਇਹ ਗੱਲ ਤਣ ਪੱਤਨ ਨਹੀਂ ਲੱਗਦੀ। ਸੁਖਵਿੰਦਰ ਜੀ ਬਿਲਕੁਲ ਬਿਲਕੁਲ, ਉਧਰਲੇ ਪਾਸੇ ਪਰਮਿੰਦੇ ਜਦੋਂ ਆਪਾਂ ਸਰਹੱਦੀ ਤਣਾਅ ਦੀ ਗੱਲ ਕਰਦੇ ਹਾਂ, ਇੱਕ ਸਰਹੱਦੀ ਤਣਾਅ ਜਿਹੜਾ ਮੁਲਕਾਂ ਦੇ ਵਿਚਾਲੇ ਆ, ਭਾਰਤ ਤੇ ਚੀਨ ਦੇ ਵਿਚਾਲੇ ਆ, ਜੇ ਉਹ ਸੰਬੰਧ ਸਾਡੇ ਗੁਆਂਢੀ ਮੁਲਕਾਂ ਨਾਲ ਨੇ, ਉਧਰਲੇ ਪਾਸੇ ਜਿਹੜਾ ਅੰਦਰੂਨੀ ਇੱਕ ਸਰਹੱਦੀ ਤਣਾਅ ਹੈ ਬਾਰਡਰਾਂ ਦੇ ਉੱਤੇ, ਅਸਮ ਤੇ ਮਿਜ਼ੋਰਮ ਦੇ ਬਾਰਡਰ ਦੇ ਉੱਤੇ ਉੱਥੇ ਪੁਲਿਸ ਵਾਲੇ ਮਾਰ ਦਿੱਤੇ ਗਏ ਅਸਮ ਦੇ, ਇਹਨੂੰ ਸਾਰੇ ਨੂੰ ਕਿੱਦਾਂ ਦੇਖ? ਬੀਜੇਪੀ ਕਹਿੰਦੀ ਸੀ ਕਿ ਕਿਸਾਨੀ ਅੰਦੋਲਨ ਕਰਕੇ ਸਾਡੇ ਅਕਸ ਨੂੰ ਜਿਹੜੀ ਆ ਉਹ ਢਾਹ ਲਾਈ ਜਾ ਰਹੀ ਹੈ, ਇੱਕ ਕੋਸ਼ਿਸ਼ ਆ ਵਿਰੋਧੀਆਂ ਦੀ, ਪਰ ਹੁਣ ਇਸ ਨੂੰ ਕਿੱਦਾਂ ਦੇਖੋ? ਸਰਕਾਰ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਜਾਂ ਕੇਂਦਰ ਨੂੰ ਇੱਕ ਚੁਣੌਤੀ ਆ ਉਹਦੇ ਲਈ ਕਿ ਦੋਨੋਂ ਪਾਸੇ ਜਿਹੜਾ ਉਹ ਅਕਸ ਜਿਹੜਾ ਉਹ ਸਰਕਾਰ ਦਾ ਹੀ ਧੁੰਦਲਾ ਹੁੰਦਾ? ਸੁਖਵਿੰਦਰ ਜੀ ਮੈਂ ਇੱਕ ਗੱਲ ਸਮਝਣ ਵਾਲੀ ਹੈ ਕਿ ਜਿਹੜੀ ਮੋਦੀ ਸਰਕਾਰ ਬੈਠੀ ਹੈ ਨਾ, ਜਿਹੜੀ ਉਹਨਾਂ ਦੀ ਟੀਮ ਬੈਠੀ ਹੈ, ਉਹਨਾਂ ਦਾ ਸੂਬਿਆਂ ਦੇ ਵਿੱਚ ਜਿਹੜੀਆਂ ਦੂਜੀਆਂ ਆਪਾਂ ਕਹਿ ਲਓ ਕਿ ਚੋਣਾਂ ਕਹਿ ਲਓ ਜਾਂ ਵਿਧਾਨ ਸਭਾ ਦੇ ਵਿੱਚ ਜਿਹੜੇ ਬੈਠੇ ਨੇ ਜਾਂ ਮੁੱਖ ਮੰਤਰੀ ਨੇ, ਉਹਨਾਂ ਵੱਲ ਥੋੜ੍ਹਾ ਘੱਟ ਧਿਆਨ ਹੀ ਆ। ਉਹ ਕਹਿੰਦੇ ਵੀ ਸਾਨੂੰ ਜਿਹੜੀਆਂ ਹੈਗੀਆਂ, ਸਾਨੂੰ ਤਾਂ MP ਸੀਟਾਂ ਚਾਹੀਦੀਆਂ ਨੇ, MP ਸੀਟਾਂ ਕਿਸੇ ਤਰੀਕੇ ਨਾਲ ਉਹਨਾਂ ਨੂੰ ਜਿਤਾਉਣ ਦੀ ਕੋਸ਼ਿਸ਼ ਕੀਤੀ ਜਾਊਗੀ, ਉਹਨਾਂ ਦੇ ਵਿੱਚ ਹੀ ਸਾਰਾ ਕੁਛ ਹੁੰਦਾ ਹੈ, ਬਾਕੀ ਜਿਹੜਾ ਉਹ ਚੱਲਦਾ ਚੱਲੀ ਜਾਣ ਦੋ, ਕੋਈ ਬਹੁਤਾ ਉਹ ਧਿਆਨ ਨਹੀਂ ਦੇ ਰਹੇ। ਤੁਸੀਂ ਦੇਖਿਆ ਹੀ ਹੋਇਆ ਹੋਊਗਾ ਚਾਰੇ ਪਾਸੇ, ਚਾਹੇ ਭਾਜਪਾ ਦੀ ਗੱਲ ਹਰਿਆਣਾ ਦੀ ਗੱਲ ਕਰ ਲਓ ਤੇ ਚਾਹੇ ਦੂਜੇ ਪਾਸੇ ਕਰ ਲਓ, ਉੱਥੇ ਜਦੋਂ ਸਿੱਧਾ 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 ਕਹਿ ਲਓ ਆਪਾਂ ਸੰਬੰਧ ਹੁੰਦਾ ਹੈ ਸੈਂਟਰ ਗੌਰਮੈਂਟ ਦਾ, ਤੇ ਇੱਦਾਂ ਦੇ ਜਿਹੜੇ ਆਪਾਂ ਕਹਿ ਲਓ ਟਕਰਾਅ ਪੈਦਾ ਹੋ ਜਾਂਦੇ ਨੇ ਦੋਨੋਂ ਸੂਬਿਆਂ ਦੇ ਵਿੱਚ ਨੇ, ਇਹ ਤਾਂ ਹੁਣ ਅੰਦਰੂਨੀ ਖੇਡ ਹੈ ਨਾ, ਇਹਨੂੰ ਮਿਟਾਉਣ ਦੇ ਲਈ ਵੀ ਦੇਖੋ ਤੁਸੀਂ ਕਿੱਥੇ ਤੱਕ ਜਾਣਾ ਪੈ ਰਿਹਾ ਹੈ। ਪਰਚਾ ਦਰਜ ਕਰ ਦਿਆ ਜਾਂਦਾ ਹੈ ਮਿਜ਼ੋਰਮ ਜਿਹੜਾ ਆਪਣਾ ਮਿਜ਼ੋਰਮ ਪੁਲਿਸ ਦੇ ਵੱਲੋਂ ਆਸਾਮ ਦੇ ਮੁੱਖ ਮੰਤਰੀ ਦੇ ਉੱਤੇ, ਤੇ ਕਿੰਨੇ ਤਣਾਅ ਵੱਧ ਰਿਹਾ, ਕੋਈ ਕਿਤੇ ਕੋਈ ਬਿਆਨਬਾਜ਼ੀ ਕਰ ਦਿੰਦਾ ਕਿ ਇੱਥੇ ਫਲਾਣੀ ਫੋਰਸ ਲਾਈ ਜਾਵੇ, ਕਿਤੇ ਫਲਾਣੀ ਫੋਰਸ ਲਾਈ ਜਾਵੇ, ਹੁਣ ਇੱਕ ਬਿਆਨ ਨਾਲ ਹੀ ਆ ਰਿਹਾ ਕਿ ਪੁਲਿਸ ਫੋਰਸ ਸਖਤੀ ਨਾਲ ਨਜਿੱਠੇ ਉੱਥੇ।
ਜਦੋਂ ਇਹ ਇਹ ਟਕਰਾਅ ਦੇਖਦੇ ਆ ਤੁਸੀਂ, ਅੰਦਰੂਨੀ ਟਕਰਾਅ ਦੇਖਦੇ ਆ, ਤਾਂ ਅਕਸ ਤਾਂ ਧੁੰਦਲਾ ਹੋਣਾ ਹੀ ਆ ਪਾਰਟੀ ਦਾ। ਅਸਫਲ ਰਹਿ ਰਹੀ ਹੈ ਪਾਰਟੀ ਇਸ ਚੀਜ਼ ਨੂੰ ਮਿਟਾਉਣ ਦੇ ਲਈ, ਇਸ ਚੀਜ਼ ਨੂੰ ਟਕਰਾਅ ਨੂੰ ਖਤਮ ਕਰਨ ਦੇ ਲਈ, ਔਰ ਨਾ ਹੀ ਕੋਈ ਇੱਦਾਂ ਦਾ ਸਟੈਪ ਜਿਹੜਾ ਹੈਗਾ ਹੁਣ ਤੱਕ ਸਾਰਥਕ ਸਾਹਮਣੇ ਹੀ ਆਇਆ ਕਿ ਬਹੁਤ ਵੱਡਾ ਸਾਰਥਕ ਕਦਮ ਹੈ, ਇਹਦੇ ਨਾਲ ਕੁਛ ਨਾ ਕੁਛ ਰਾਹਤ ਮਿਲਣ ਦੀ ਆਸ ਲੱਗੀ ਹੋਵੇ। ਬੈਠੇ ਆਰਾਮ ਨਾਲ, ਕੋਈ ਦਿੱਕਤ ਨਹੀਂ, ਐਂ ਕਹਿੰਦੇ ਕਿ ਲੋਕਾਂ ਦਾ ਕਿਉਂਕਿ ਆਮ ਲੋਕ ਭਿੜ ਰਹੇ ਨੇ, ਆਮ ਲੋਕਾਂ ਦੀ ਗੱਲ ਚੱਲ ਰਹੀ ਹੈ ਉੱਥੇ, ਆਮ ਲੋਕ ਆਪਸ ਵਿੱਚ ਭਿੜ ਰਹੇ ਨੇ ਅਤੇ ਉਹਨਾਂ ਦੇ ਵਿੱਚ ਟਕਰਾਅ ਪੈਦਾ ਹੋ ਰਿਹਾ। ਬਾਕੀ ਤਾਂ ਸਾਰੇ ਬੈਠੇ ਹੀ ਨੇ, ਜਦੋਂ ਦੇਖੀ ਜਾਊਗੀ, ਜਦੋਂ ਕਿਤੇ ਲੱਗਿਆ ਇਹਨਾਂ ਨੂੰ ਕਿ ਸਰਕਾਰ ਦੇ ਉੱਤੇ ਕੋਈ ਖਤਰਾ ਬਣ ਗਿਆ ਹੁਣ, ਉਦੋਂ ਦੇਖੀ ਜਾਊਗੀ ਕੀ ਕਦਮ ਚੱਕਣਾ ਕੀ ਨਹੀਂ, ਉਦੋਂ ਸਟੈਪ ਲੈ ਲਿਆ ਜਾਊਗਾ। ਫਿਲਹਾਲ ਦੀ ਘੜੀ ਜਿਹੜੀ ਹੈਗੀ, ਜਿੱਦਾਂ ਦੇ ਹਾਲਾਤ ਨੇ, ਉਹਨਾਂ ਨੂੰ ਹਾਲਾਤਾਂ ਦੇ ਸਿਰ 'ਤੇ ਉੱਥੇ ਛੱਡ ਦਿਆ ਜਾਂਦਾ। ਅਤੇ ਦੂਜੀ ਗੱਲ ਜਿਹੜੀ ਤੁਸੀਂ ਚੀਨ ਚਾਈਨਾ ਦੀ ਕੀਤੀ ਹੈ, ਉਹਦੇ ਨਾਲ 12ਵੇਂ ਗੇਟ ਦੀ ਗੱਲਬਾਤ ਹੋਈ ਹੈ ਕੱਲ੍ਹ, ਉਹ ਦੋਵੇਂ ਆਪਾਂ ਕਹਿ ਲਓ ਸਰਹੱਦਾਂ ਦਾ ਮਾਮਲਾ, ਲੱਦਾਖ ਵਾਲੇ ਪਾਸੇ ਦਾ ਏਰੀਆ ਜਿਹੜਾ, ਉਹਨੂੰ ਲੈ ਕੇ ਗੱਲਬਾਤ ਹੋਈ ਹੈ, 12ਵੇਂ ਗੇਟ ਦੀ ਗੱਲਬਾਤ ਹੋਈ ਹੈ। 9 ਘੰਟੇ ਦੇ ਕਰੀਬ ਜਿਹੜੀ ਹੈਗੀ ਆ ਉਹ ਚਾਈਨਾ ਵਾਲੇ ਪਾਸੇ ਮੋਲਡੋ ਦੇ ਵਿੱਚ ਜਿਹੜੀ ਉਹ ਮੀਟਿੰਗ ਹੋਈ ਸੀਗੀ, 9 ਘੰਟੇ ਸਵੇਰੇ 10:30 ਤੋਂ ਲੈ ਕੇ 7:30 ਵਜੇ ਤੱਕ ਚੱਲੀ ਹੈ ਮੀਟਿੰਗ ਦੇ ਵਿੱਚ, ਜਿਹੜੇ ਸੈਨਾ ਦੇ ਵੱਡੇ ਜਨਰਲ ਸੀਗੇ ਉਹ ਸ਼ਾਮਿਲ ਹੋਏ ਨੇ। ਅਤੇ ਬੜੀ ਸਾਰਥਿਕ ਗੱਲ ਜਿਹੜੀ ਉਹਨਾਂ ਨੇ ਇਹ ਗੱਲ ਕੀਤੀ ਕਿ ਬੜੀ ਸਾਰਥਿਕ ਤਰੀਕੇ ਨਾਲ ਸ਼ਾਂਤੀਪੂਰਵਕ ਗੱਲ ਹੋਈ ਹੈ। ਹੁਣ ਆਸ ਵੀ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈਗੀ ਇਹ ਤਣਾਅ ਜਿਹੜਾ ਉਸ ਸਰਹੱਦ 'ਤੇ ਬਣਿਆ ਉਹ ਘੱਟ ਜ਼ਰੂਰ ਘਟੂਗਾ, ਔਰ ਦੋਵੇਂ ਧਿਰਾਂ ਜਿਹੜੇ ਪਿਛਲੇ ਸਮਝੌਤੇ ਹੋਏ ਹੋਏ ਨੇ ਉੱਥੇ, ਉਹ ਬਾਰਡਰ ਦੇ ਉੱਤੇ ਸੈਨਾ ਘਟਾਉਣ ਦੇ ਲਈ, ਜਿਹੜੇ ਸੈਨਿਕ ਨੇ ਉਹਨਾਂ ਨੂੰ ਉਹਨਾਂ ਦੀ ਗਿਣਤੀ, ਫੌਜੀਆਂ ਦੀ ਗਿਣਤੀ ਘਟਾਉਣ ਦੇ ਲਈ ਰਾਜ਼ੀ ਵੀ ਹੋਏ ਨੇ। ਹਾਲੇ ਅਧਿਕਾਰਕ ਪੁਸ਼ਟੀ ਕੋਈ ਨਹੀਂ ਹੋਈ, ਪਰ ਤਣਾਅ ਘਟਾਉਣ ਲਈ ਜ਼ਰੂਰ ਜਿਹੜਾ ਕਹਿ ਲਿਆ ਸਾਰਥਕ ਕਦਮ ਮੰਨਿਆ ਜਾ ਰਿਹਾ ਇਸ ਨੂੰ। ਜੀ ਸੁਖਵਿੰਦਰ, ਬਿਲਕੁਲ ਬਿਲਕੁਲ ਪਰਮਿੰਦਰ ਜੀ, ਆਖਰੀ ਖਬਰ ਹੈ, ਜਦੋਂ ਅਸੀਂ ਟੋਕੀਓ ਓਲੰਪਿਕ ਵੱਲ ਦੇਖਦੇ ਹਾਂ ਉੱਥੇ ਪੰਜਾਬ ਦੇ ਜਿਹੜੇ ਖਿਡਾਰੀ ਨੇ ਨੌਜਵਾਨ, ਉਹਨਾਂ ਦੀਆਂ ਪ੍ਰਾਪਤੀਆਂ ਵੱਲ ਧਿਆਨ ਮਾਰਦੇ ਆ, ਲੰਬੀ ਹਲਕੇ ਦੀ ਕੁੜੀ ਕਮਲਪ੍ਰੀਤ ਕੌਰ, ਉਹਦੀ ਕਾਫੀ ਚਰਚਾ ਹੋ ਰਹੀ ਹੈ, ਇਹਨੂੰ ਕਿੱਦਾਂ ਦੇਖਦੇ? ਇੱਕ ਪਾਸੇ ਸਾਡੇ ਇੱਥੇ ਬੇਰੁਜ਼ਗਾਰਾਂ ਨੂੰ ਡਾਂਗਾ, ਉਹ ਵੀ ਪੰਜਾਬੀ ਟ੍ਰਿਬਿਊਨ ਦੇ ਪਹਿਲੇ ਪੰਨੇ ਦੇ ਉੱਤੇ ਤਸਵੀਰ ਛਪੀ ਹੈ ਕਿ ਕਿਸ ਤਰ੍ਹਾਂ ਮਹਿਲਾ ਮੁਲਾਜ਼ਮਾਂ ਪੁਲਿਸ ਦੀਆਂ ਇੱਕ ਲੜਕੀ ਨੂੰ, ਇੱਕ ਕੁੜੀ ਨੂੰ ਕਹਿ ਲਓ ਕਿ ਇੱਕ ਬੇਰੁਜ਼ਗਾਰ ਨੂੰ ਕਿਸ ਤਰ੍ਹਾਂ ਉਹਨੂੰ ਧੱਕਾ ਮੁੱਕੀ ਉਹਦੇ ਨਾਲ, ਉਹ ਵੀ ਸੰਘਰਸ਼ ਕਰ ਰਹੀ ਹੈ। ਤੇ ਦੂਜੇ ਪਾਸੇ ਕਮਲਪ੍ਰੀਤ ਕੌਰ ਜਿਹੜੀ ਪੰਜਾਬ ਦਾ, ਦੇਸ਼ ਦਾ, ਮਾਪਿਆਂ ਦਾ, ਸਾਰਿਆਂ ਦਾ ਨਾਂ ਰੋਸ਼ਨ ਕਰ ਰਹੀ ਹੈ। ਸੁਖਵਿੰਦਰ ਜੀ, ਜਿਹੜੀ ਗੱਲ ਕਮਲਪ੍ਰੀਤ ਦੀ ਕਰੀ ਹੈ ਨਾ, ਡਿਸਕਸ ਥਰੋ ਦੇ ਵਿੱਚ ਉਹਨਾਂ ਨੇ ਫਾਈਨਲ ਦੇ ਵਿੱਚ ਜਿਹੜਾ ਹੈਗਾ ਉਹ ਕੁਆਲੀਫਾਈ ਕਰ ਲਿਆ ਹੈਗਾ, ਅਤੇ ਉਹ ਬੜਾ ਮਾਣ ਮਹਿਸੂਸ ਕਰ ਰਹੇ ਆ ਪੰਜਾਬ ਵੀ, ਉਹਦੇ 'ਚ ਪੰਜਾਬ ਦੇ ਲੋਕ, ਹੋਣਾ ਵੀ ਚਾਹੀਦਾ, ਪੰਜਾਬ ਦੀ ਧੀ ਹੈ ਅਤੇ ਕਿਹੜੇ ਹਾਲਾਤ ਦੇ ਵਿੱਚ ਉਹ ਕਹਿ ਲਓ ਉੱਥੇ ਤੱਕ ਪਹੁੰਚੀ ਆ। ਮਾਂ ਦਾ ਵਿਰੋਧ ਵੀ ਹੋਇਆ, ਗੱਲ ਪੜ੍ਹ ਰਹੇ ਸੀ ਖਬਰ ਆਪਾਂ, ਤਾਂ ਮਾਂ ਦੇ ਵਿਰੋਧ ਦੇ ਬਾਵਜੂਦ ਵੀ ਐਥਲੈਟਿਕਸ ਦੇ ਵਿੱਚ ਉਹਨੇ ਐਂਟਰੀ ਕੀਤੀ, ਪਿਤਾ ਨੇ ਸਹਿਯੋਗ ਦਿਆ, ਚਲੋ ਕਿਸੇ ਨਾ ਕਿਸੇ ਤਰੀਕੇ ਉਹ ਪਹੁੰਚੀ ਆ। ਲੇਕਿਨ ਗੱਲ ਇਹ ਹੈ ਕਿ ਸਰਕਾਰਾਂ ਇਹਨਾਂ ਚੀਜ਼ਾਂ ਨੂੰ ਸੰਭਾਲਣਗੀਆਂ, ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਇਹ। ਆਪਾਂ ਗੱਲ ਕਰਦੇ ਹਾਂ ਕਿ ਸਰਕਾਰਾਂ ਕੀ ਕਰਨ, ਉਹ ਇਹਨਾਂ ਖਿਡਾਰੀਆਂ ਨੂੰ ਸੰਭਾਲਣਗੀਆਂ ਕਿ ਇਹ ਖਿਡਾਰੀ ਜੇ ਉੱਥੇ ਪੰਜਾਬ ਦਾ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨਗੇ, ਕਿ ਪੰਜਾਬ ਅਤੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਕੋਈ ਐਸਾ ਚਮਤਕਾਰ ਕਰਨਗੀਆਂ ਕਿ ਇੱਦਾਂ ਦੇ ਖਿਡਾਰੀਆਂ ਨੂੰ ਸੰਭਾਲ ਕੇ ਇੱਕ ਮਿਸਾਲ ਪੈਦਾ ਕਰਨਗੇ, ਦੂਜੇ ਖਿਡਾਰੀ ਇਹਨਾਂ ਤੋਂ ਪ੍ਰੇਰਣਾ ਲੈ ਕੇ ਅੱਗੇ ਵਧਣ। ਅਤੇ ਉਹ ਬੜੀ ਮਾਣ ਦੀ ਗੱਲ ਹੈ, ਉਹਦੀ ਚਰਚਾ ਹੋ ਰਹੀ ਹੈ, ਅਤੇ ਉਹਨੇ ਮਿਹਨਤ ਸਦਕਾ ਉੱਥੇ ਤੱਕ ਪਹੁੰਚ ਕੀਤੀ ਹੈ, ਅਤੇ ਇੱਕ ਮੈਡਲ ਦੀ ਆਸ ਜਿਹੜੀ ਹੈਗੀ ਉਹ ਤੋਂ ਬੱਝੀ ਹੈ, ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ, ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਦੂਜੇ ਪਾਸੇ ਇਹ ਜਿਹੜੀ ਤੁਸੀਂ ਡਾਂਗਾ ਵਾਲੀ ਗੱਲ ਕੀਤੀ ਹੈ, ਇੱਕ ਲੜਕੀ ਨੂੰ ਕਿਵੇਂ ਘੜੀਸਿਆ ਜਾ ਰਿਹਾ, ਇਹ ਤਾਂ ਹੁਣ ਕੰਮ ਰਹਿ ਗਿਆ ਪੁਲਿਸ ਕੋਲ, ਇਹੀ ਕੰਮ ਹੈ ਲੋਕਾਂ ਨੂੰ ਕੁੱਟਣਾ, ਸਰਕਾਰ ਦੀ ਰਾਖੀ ਕਰਨੀ, ਮੰਤਰੀਆਂ ਦੀ ਰਾਖੀ ਕਰਨੀ, ਮੰਤਰੀਆਂ ਦੇ ਨੇੜੇ ਲੱਗਣ ਦੇਣਾ, ਹੁਣ ਆਉਣ ਚੋਣਾਂ ਆਉਣਗੀਆਂ ਉਦੋਂ ਸਾਰੇ ਪਿੱਛੇ ਹਟ ਜਾਣਗੇ, ਹਰੇਕ ਬੰਦਾ ਜਾ ਕੇ ਜੱਫੀ ਪਾਊਗਾ, ਰਾਜਨੀਤਿਕ ਬੰਦਾ ਜਿਹੜਾ ਆਮ ਲੋਕਾਂ ਨੂੰ ਜਾ ਕੇ ਮਿਲੂਗਾ, ਉਦੋਂ ਪੁਲਿਸ ਕੁਛ ਨਹੀਂ ਕਹਿੰਦੀ, ਪਰ ਹੁਣ ਲੋਕਾਂ ਨੂੰ ਨੇੜੇ ਨਹੀਂ ਲੱਗਣ ਦੀ। ਇਹ ਡਾਂਗਾ ਮਾਰਨੀਆਂ ਇਹਨਾਂ ਦਾ ਕੰਮ ਹੈ, ਸਰਕਾਰ ਦੇ ਆਦੇਸ਼ ਨੇ, ਇਹ ਸਰਕਾਰ ਦੇ ਇਸ਼ਾਰੇ ਤੇ ਹੁੰਦਾ, ਇਹ ਬਿਨਾਂ ਸਰਕਾਰ ਦੇ ਇਸ਼ਾਰੇ ਤੇ ਕਿਵੇਂ ਕੋਈ ਡਾਂਗ ਮਾਰ, ਜਾ ਪੁੱਛਿਆ ਜਾਵੇ ਇਹਨਾਂ ਨੂੰ ਕੀ ਅਧਿਕਾਰ ਹੈ ਇਹਨਾਂ ਦੇ ਕੋਲ, ਕਿਹੜੀ ਉਹ ਕਿਸੇ ਦੀ ਜਾਨ ਨੂੰ ਖਤਰਾ ਬਣੇ ਹੋਏ ਨੇ, ਆਪਣੇ ਹੱਕਾਂ ਦੀ ਰਾਖੀ ਕਰ ਰਹੇ ਨੇ। ਮਤਲਬ ਗੱਲ ਕਹਿ ਕਿ ਇਹਨਾਂ ਨੂੰ ਲੋਕਾਂ ਨੂੰ ਵੀ ਸੰਭਾਲਣਾ ਸਰਕਾਰ ਦੀ, ਜਿਵੇਂ ਇਹ ਨਹੀਂ ਸਾਂਭੇ ਜਾਂਦੇ ਤੇ ਉਹ ਉਹਨਾਂ ਨੂੰ ਕਿੱਥੇ ਸਾਂਭਿਆ ਜਾਣਾ, ਉਹਨਾਂ ਨੂੰ ਜਿਹਨਾਂ ਦੇ ਉੱਤੇ ਪੈਸਾ ਲੱਖਾਂ ਰੁਪਇਆ ਖਰਚ ਹੋਣਾ, ਉਹਨਾਂ ਨੂੰ ਕਿੱਥੇ ਖਰਚਣ, ਇਹ ਵਿਚਾਰੇ ਰੁਜ਼ਗਾਰ ਲਈ ਫਿਰਦੇ ਨੇ। ਇਹ ਸਰਕਾਰਾਂ ਦੀਆਂ ਨੀਤੀਆਂ ਹੀ ਹੁੰਦੀਆਂ ਨੇ ਸੁਖਵਿੰਦਰ ਜੀ, ਜਿੱਥੇ ਕਿਤੇ ਕ੍ਰੈਡਿਟ ਮਿਲਦਾ ਉੱਥੇ ਆਪਣੇ ਆਪ ਨੂੰ ਪੇਸ਼ ਕਰ ਦੇਣਾ ਉਹਨਾਂ ਨੇ, ਬਿਆਨਬਾਜ਼ੀਆਂ ਸਾਰਾ ਕੁਛ ਆਊਗਾ, ਸੋਸ਼ਲ ਮੀਡੀਆ 'ਤੇ, ਟੀ ਵੀ 'ਤੇ, ਅਖਬਾਰਾਂ 'ਤੇ, ਸਭ ਕਿਤੇ ਚਮਕਣਗੇ, ਨਾਲ ਖੜ੍ਹ ਕੇ ਫੋਟੋਆਂ ਦਰਾਉਣਗੇ। ਜਿੱਥੇ ਕਿਤੇ ਆਹ ਵਿਚਾਰੇ ਲੋਕ ਇੱਦਾਂ ਦੇ, ਚਾਹੇ ਉਹ ਲੜਕੀਆਂ ਨੇ ਚਾਹੇ ਲੜਕੇ ਨੇ, ਰੁਜ਼ਗਾਰ ਮੰਗਦੇ ਨੇ, ਆਪਣੇ ਹੱਕਾਂ ਦੀ ਹੱਕਾਂ ਦੇ ਲਈ ਘੋਲ ਕਰਦੇ ਨੇ, ਉੱਥੇ ਡਾਂਗਾ, ਉੱਥੇ ਆਪ ਜਾਂਦੇ ਤੱਕ ਨਹੀਂ।
ਤੋ ਇਹ ਇਹ ਵੀ ਇੱਕ ਸਰਕਾਰ ਦੀ ਨੀਤੀ ਹੁੰਦੀ ਹੈ, ਜਿਸ ਤਰ੍ਹਾਂ ਕਿ ਸਰਕਾਰ ਦੇ ਵਿਰੁੱਧ ਕੋਈ ਆਵਾਜ਼ ਉੱਠਦੀ ਹੈ ਤਾਂ ਉਹਨੂੰ ਡਾਂਗਾਂ ਨਾਲ ਦਬਾਇਆ ਜਾਂਦਾ। ਇੱਥੇ ਇਹ ਵੀ ਚੀਜ਼ ਜਿਹੜੀ ਹੈਗੀ ਆ, ਦੋਵੇਂ ਚੀਜ਼ਾਂ ਸਰਕਾਰ ਦੇ ਨੇ। ਜੇ ਕੱਲ੍ਹ ਨੂੰ ਉਹ ਮੈਡਲ ਜਿੱਤਣ ਵਾਲੇ ਬੰਦੇ ਵੀ ਆਪਣੇ ਹੱਕਾਂ ਦੇ ਲਈ ਸੜਕਾਂ 'ਤੇ ਉਤਰਨਗੇ ਤਾਂ ਉਹਨਾਂ ਨਾਲ ਵੀ ਆਹੀ ਰਸੂਖ ਹੋਏਗਾ, ਉਹਨਾਂ ਨਾਲ ਵੀ ਆਹੀ ਸਲੂਕ ਹੋਏਗਾ, ਉਹਨਾਂ ਨੂੰ ਵੀ ਇਸੇ ਤਰ੍ਹਾਂ ਪੁਲਿਸ ਤੋਂ ਕਟਵਾਇਆ ਜਾ ਸਕਦਾ ਜੇ ਉਹ ਆਪਣੇ ਹੱਕਾਂ ਦੇ ਲਈ ਇੱਦਾਂ ਸਰਕਾਰ ਦੇ ਵਿਰੁੱਧ ਉੱਠਣਗੇ। ਸੋ ਇਹ ਸਰਕਾਰ ਦੀ ਨੀਤੀ ਆ, ਮਾਣ ਦੋਨੋਂ ਪਾਸੇ ਨੇ, ਪੜ੍ਹ ਲਿਖ ਕੇ ਲੋਕ ਪੰਜਾਬ ਦਾ ਵੀ ਨਾਂ ਰੋਸ਼ਨ ਕਰ ਰਹੇ ਨੇ, ਖੇਡਾਂ ਦੇ ਵਿੱਚ ਵੀ ਨੌਸ਼ ਕਰ ਰਹੇ, ਪਰ ਜਦੋਂ ਹੱਕਾਂ ਦੀ ਗੱਲ ਆਉਂਦੀ ਹੈ ਫਿਰ ਸਰਕਾਰ ਦੀ ਦੋਹਰੀ ਨੀਤੀ ਜਿਹੜੀ ਉਹ ਸਾਹਮਣੇ ਜਾਂਦੀ ਹੈ ਜ਼ਰੂਰ। ਸ਼ੁਕਰੀਆ ਪਰਮਿੰਦਰ ਜੀ, ਧੰਨਵਾਦ। ਸ਼ੁਕਰੀਆ ਜੀ ਪਰਮਿੰਦਰ ਜੀ, ਸ਼ੁਕਰੀਆ। ਸੋ ਖਬਰਾਂ ਟੋਪ ਦੀਆਂ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ, ਮੈਨੂੰ ਇਜਾਜ਼ਤ ਦਿਓ, ਲੋਕ ਰਾਮ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।